सत श्री अकाल। तुसीं देख रहे हो तख्त पंजाब, मैं तुहाडे नाल सुखविंदर सिंह, मेरे नाल डॉक्टर केहर सिंह मौजूद ने। वड्डियां खबरां ते वड्डे मुद्दे उत्ते चर्चा करांगे। स्वागत है तुहाडा डॉक्टर साहब। हाँ जी, धन्यवाद जी सुखविंदर जी। डॉक्टर साहब, लतीफपुरा जलंधर दे विच जिहड़ियां लोकां दे घर ढा दित्ते गए, उत्थे पुलिस वल्लों लोकां दे नाल गाली गलोच भी किया गया, वड्डे अफसरां दे वल्लों वीडियोस भी वायरल हो रही ने, हुण तस्वीरां वायरल हो रही। उन्हां तस्वीरां दे नाल लोक झंझोड़े जा रहे ने कि एक तां सर्दियां दा मौसम है, जिहड़े लोकां नूं उत्थों जाड़िया गया उह अपने परिवारां ते बच्चियां समेत इन्नी ठंड दे विच अज वी उत्थे बैठे ने ते उह उड़ीकदे ने कि असीं जिहड़ी सरकार नूं चुणिया सी, जिहड़ी सानूं बदलाव दी गल कहिंदी सी कि ਉਹ ਸਾਨੂੰ ਛੱਤ ਦੇਗੀ। ਗੁੱਸਾ ਲੋਕਾਂ ਦੇ ਵਿੱਚ ਇਹ ਵੀ ਆ ਕਿ ਜੇ ਕਿਤੇ ਪ੍ਰਵਾਸੀਆਂ ਦੀਆਂ ਝੁੱਗੀਆਂ ਨੂੰ ਢਾਉਣਾ ਹੋਵੇ ਜਾਂ ਉਹਨਾਂ ਨੂੰ ਮੁੜ ਵਸੇਬਾ ਉਹਨਾਂ ਦਾ ਕਰਨਾ ਹੋਵੇ ਤਾਂ ਉੱਥੇ ਸਰਕਾਰਾਂ ਦੀਆਂ ਨੀਤੀਆਂ ਕਿਉਂ ਬਦਲਦੀਆਂ? ਇਹਨਾਂ ਲੋਕਾਂ ਨੂੰ ਲੈ ਕੇ, ਇਹ ਪੰਜਾਬ ਦੇ ਲੋਕ ਸੀ, ਇਹ ਪੰਜਾਬੀ ਸੀ, ਇਹਨਾਂ ਨੂੰ ਕਿਉਂ ਨਹੀਂ ਇਹਨਾਂ ਦੇ ਮੁੜ ਵਸੇਬੇ ਦਾ ਪਹਿਲਾਂ ਇੰਤਜ਼ਾਮ ਕੀਤਾ ਗਿਆ, ਜਾਂ ਫਿਰ ਕਿਉਂ ਉਸ ਜਗ੍ਹਾ ਨੂੰ ਸੁਪਰੀਮ ਕੋਰਟ ਦੇ ਹੁਕਮਾਂ ਤੇ ਚਲੋ ਖਾਲੀ ਤਾਂ ਕਰਵਾਉਣਾ ਪੈਣਾ ਹੀ ਸੀਗਾ, ਪਰ ਸਰਕਾਰ ਕਿਉਂ ਨਹੀਂ ਕਦਮ ਚੁੱਕ ਚੁੱਕੀ? ਜੇ ਇਹ ਪਿਛਲੀਆਂ ਸਰਕਾਰਾਂ ਦੇ ਵੇਲੇ ਤੋਂ ਚੱਲਦਾ ਆਉਂਦਾ ਸੀ ਤਾਂ ਇਹਨਾਂ ਦੇ ਕੋਲ 7-8 ਮਹੀਨੇ ਸੀ, ਇਹਨਾਂ ਨੇ ਕਿਉਂ ਨਹੀਂ ਉਹੋ ਜਿਹੇ ਕਦਮ ਚੁੱਕੇ? ਹੁਣ ਅਲਰਟ ਇੱਕ ਤਰੀਕੇ ਨਾਲ ਲੋਕਾਂ ਵਿੱਚ ਇਹ ਵੀ ਚਰਚਾ ਛਿੜ ਗਈ ਕਿ ਅੱਜ ਇਹਨਾਂ ਦੇ ਨਾਲ ਆਹ ਵਾਪਰ ਗਈ ਜਿਹੜੇ 70-75 ਸਾਲ ਤੋਂ ਉੱਥੇ ਬੈਠੇ ਸੀ, ਤਾਂ ਕੱਲ ਨੂੰ ਇਹ ਨਾ ਹੋਵੇ ਕਿ ਜਿਹੜੇ ਘਰ ਜਾਂ ਜਿਹੜੇ ਜ਼ਮੀਨ ਜਾਇਦਾਦ ਜਿਹੜੀ ਆ ਉਹ ਲਾਲ ਲਕੀਰ ਦੇ ਹੇਠ ਆਉਂਦੀ ਆ, ਉਹਨਾਂ ਦੇ ਉੱਤੇ ਵੀ ਇਸੇ ਤਰ੍ਹਾਂ ਜਿਹੜਾ ਉਹ ਸਰਕਾਰ ਦਾ ਪੀਲਾ ਪੰਜਾ ਚੱਲ ਜੇ। ਸੁਖਵਿੰਦਰ ਜੀ, ਦੇਖੋ ਇਹਨੂੰ ਇੱਕ ਤੇ ਜਿਹੜਾ ਤੁਸੀਂ ਦੱਸ ਰਹੇ ਨਾ ਵੀ ਕਾਨੂੰਨੀ ਤੌਰ ਤੇ ਚਲੋ ਉਹਦੀ ਕੋਈ ਜਸਟੀਫਿਕੇਸ਼ਨ ਬਣਦੀ ਹੈ ਕਿ ਚਲੋ ਸੁਪਰੀਮ ਕੋਰਟ ਦਾ ਆਰਡਰ ਆ ਗਿਆ ਤੇ ਉਹ ਸਰਕਾਰਾਂ ਨੂੰ ਉਹ ਲਾਗੂ ਕਰਨਾ ਪੈਂਦਾ, ਉਹ ਆਪਾਂ ਫਾਰ ਏ ਮੂਮੈਂਟ ਉਹਨੂੰ ਪਾਸੇ ਛੱਡ ਦਈਏ, ਕਿਉਂਕਿ ਇਹਦੇ ਵਿੱਚ ਇਸ਼ੂਜ਼ 2-3 ਬੜੇ ਮਹੱਤਵਪੂਰਨ ਇਨਵੋਲਵਡ ਹੈ, ਜਿਸ ਤਰ੍ਹਾਂ ਤੁਸੀਂ ਜ਼ਿਕਰ ਕਰ ਰਹੇ ਸੀਗੇ। ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੀ ਅਖਬਾਰੀ ਖਬਰਾਂ ਮੇਰੇ ਕੋਲ ਜਾਣਕਾਰੀ ਮੈਂ ਅਖਬਾਰਾਂ ਤੋਂ ਪ੍ਰਾਪਤ ਮੇਰੇ ਕੋਲ ਹੈ, ਉਹ ਇਹ ਹੈ ਕਿ ਇਹ ਪਰਿਵਾਰ ਬਹੁਤ ਲੰਬੇ ਸਮੇਂ ਤੋਂ ਉੱਥੇ ਘਰ ਬਣਾ ਕੇ ਰਹਿ ਰਹੇ ਸੀਗੇ, ਯਾਨੀ ਕਿ ਪਾਰਟੀਸ਼ਨ ਤੋਂ ਬਾਅਦ ਦੇ ਹੀ ਦੱਸੇ ਜਾਂਦੇ ਹੈ, ਤੇ ਇੰਨੇ ਲੰਬੇ ਸਮੇਂ ਤੋਂ ਬੈਠੇ ਹੋਏ ਹੈ ਤੇ ਫਿਰ ਤਾਂ ਰਵਾਇਤ ਸਾਡੀ ਇਹ ਵੀ ਹੈ ਕਿ ਉਹਨਾਂ ਨੂੰ ਨਹੀਂ ਛੇੜਨਾ ਚਾਹੀਦਾ, ਉਹਦਾ ਕੋਈ ਨਾ ਕੋਈ ਬਦਲ ਸਿਰਜ ਲੈਣਾ ਚਾਹੀਦਾ। ਪਰ ਇੱਕ ਸਮੱਸਿਆ ਜਿਹੜੀ ਮੈਨੂੰ ਲੱਗੀ, ਬਹੁਤ ਅਜੀਬ ਲੱਗੀ ਆਪਣੇ ਸੁਖਵਿੰਦਰ ਜੀ, ਉਹ ਇਹ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਪ੍ਰਵਾਸੀ ਮਜ਼ਦੂਰ ਆਉਂਦੇ ਆ ਨਾ ਜੀ, ਆਪਾਂ ਨੂੰ ਪਤਾ ਵੀ ਚੰਡੀਗੜ੍ਹ 'ਚ ਆਏ, ਲੁਧਿਆਣੇ 'ਚ ਆਏ, ਹੋਰ ਥਾਵਾਂ 'ਤੇ ਆਉਂਦੇ ਹੈ, ਜਦੋਂ ਉਹਨਾਂ ਦੀਆਂ ਝੁੱਗੀਆਂ ਵਾਲੀ ਜਗ੍ਹਾ ਜਿਹੜੀ ਖਾਲੀ ਕਰਾਈ ਜਾਂਦੀ ਹੈ ਨਾ, ਜਿਹਨਾਂ ਨੂੰ ਕਲੋਨੀ ਉਡਾੜੀਆਂ ਜਾਂਦੀਆਂ ਹੈ, ਤੇ ਉਹਨਾਂ ਦਾ ਵਸੇਬਾ ਆਲਟਰਨੇਟ ਕਰਨ ਵਾਸਤੇ ਪ੍ਰਬੰਧ ਕੀਤੇ ਜਾਂਦੇ ਆ, ਉਹਨਾਂ ਵਾਸਤੇ ਛੋਟੇ ਕੁਆਟਰ ਬਣਾਏ ਜਾਂਦੇ ਆ, ਉਹਨਾਂ ਨੂੰ ਜਾਂ ਫ੍ਰੀ ਦਿੱਤੇ ਜਾਂਦੇ ਜਾਂ ਬਹੁਤ ਹੀ ਘੱਟ ਕੀਮਤ 'ਤੇ ਉਹ ਅਲੋਟ ਕਰ ਦਿੱਤੇ ਜਾਂਦੇ ਆ। ਸੋ ਇਹਨਾਂ ਬਾਰੇ ਵੀ ਮੈਨੂੰ ਲੱਗਦਾ ਕਿ ਇਹੋ ਜਿਹੀ ਗੱਲ ਸੋਚਣੀ ਚਾਹੀਦੀ ਸੀ, ਔਰ ਖਾਸ ਕਰਕੇ ਆਮ ਆਦਮੀ ਪਾਰਟੀ ਨੂੰ ਜਿਹਦੀ ਨੀਤੀ ਇਹੀ ਹੈ, ਕਿਉਂਕਿ ਆਪਾਂ ਜਾਣਦੇ ਹਾਂ ਕਿ ਜਿਹੜਾ ਦਿੱਲੀ ਮਾਡਲ ਕਹਿੰਦੇ ਆ ਕੇਜਰੀਵਾਲ ਸਾਹਿਬ, ਜਿਹਦੇ ਬਾਰੇ ਬੜੇ ਉਹ ਫਖਰ ਨਾਲ ਕਹਿੰਦੇ ਆ, ਦਿੱਲੀ ਵਿੱਚ ਉਹਨਾਂ ਨੇ ਕਿਹਾ ਕਿ ਕੋਈ ਵੀ ਝੁੱਗੀ ਝੌਂਪੜੀ ਵਾਲੇ ਨੂੰ ਅਸੀਂ ਨਹੀਂ ਉਠਾਵਾਂਗੇ, ਉਹਨਾਂ ਨੂੰ ਮਾਲਕੀ ਦੇ ਹੱਕ ਦਿੱਤੇ ਜਾਣਗੇ, ਇਹ ਉਹਨਾਂ ਦੀ ਡਿਕਲੇਅਰਡ ਨੀਤੀ ਹੈ। ਸੁਖਵਿੰਦਰ ਜੀ, ਜੇ ਇਹ ਨੀਤੀ ਹੈ ਤੇ ਫਿਰ ਇੰਨਾ ਸਮਾਂ ਹੋ ਗਿਆ ਸੀ ਤੇ ਇਹਨਾਂ ਨੇ ਇੱਥੇ ਪੰਜਾਬ ਦੇ ਵਿੱਚ ਇਸ ਗਰੀਬ ਜਿਹੜੇ ਵਰਗ ਦੇ ਲੋਕ ਉੱਥੇ ਬੈਠੇ ਸੀ, ਉਹਨਾਂ ਨੂੰ ਉਜਾੜਨ ਤੋਂ ਪਹਿਲਾਂ ਉਹਨਾਂ ਦਾ ਆਲਟਰਨੇਟ ਬਦਲ ਕਿਉਂ ਨਹੀਂ ਸੋਚਿਆ? ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਇਹ ਦੋਹਰੀ ਮਿਆਰ ਕਿਉਂ ਹੋ, ਇਹ ਨੀਤੀ ਇੱਕ ਦਿੱਲੀ ਵਾਸਤੇ ਹੋਵੇ, ਇੱਕ ਪ੍ਰਵਾਸੀ ਮਜ਼ਦੂਰਾਂ ਵਾਸਤੇ ਹੋਵੇ, ਇੱਕ ਇੱਥੇ ਜਿਹੜੇ ਲੰਬੇ ਸਮੇਂ ਤੋਂ ਬੈਠੇ ਹੈ। ਇਹ ਮਸਲਾ ਜਿਹੜਾ ਹਿਊਮੈਨੀਟੇਰੀਅਨ ਹੈ, ਮਨੁੱਖਤਾ ਦੇ ਆਧਾਰ ਤੇ ਸੁਖਵਿੰਦਰ ਜੀ ਅਜਿਹੇ ਫੈਸਲੇ ਨਜਿੱਠੇ ਜਾਣੇ, ਸਿਰਫ ਕਾਨੂੰਨ ਦੀ ਆੜ ਨਹੀਂ ਲੈਣੀ ਚਾਹੀਦੀ, ਸਾਨੂੰ ਸੋਚਣਾ ਹੀ, ਤਾਂ ਸਰਕਾਰਾਂ ਬਣਾਉਂਦੇ ਹੀ ਇਸੇ ਕਰਕੇ ਹੈਗੇ ਆ ਕਿ ਕਾਨੂੰਨ ਜਿਹੜਾ ਹੁੰਦਾ ਨਾ, ਆਪਾਂ ਨੂੰ ਪਤਾ ਕਿ ਉਹ ਤੇ ਸਿੱਧੀ ਲਾਈਨ ਵਿੱਚ ਜਾਣਾ, ਉਹ ਤੇ ਤੁਸੀਂ ਜਦੋਂ ਕਾਨੂੰਨ ਜਿਹਨੂੰ ਕਹਿੰਦੇ ਵੀ ਉਹ ਤੇ ਹੋ ਗਿਆ ਜੋ ਬਣ ਗਿਆ, ਪਰ ਉਹਦੇ ਨਾਲ ਜਿਹੜੀਆਂ ਮੁਸ਼ਕਲਾਂ ਆ ਰਹੀਆਂ, ਦੁਸ਼ਵਾਰੀਆਂ ਪੈਦਾ ਆ ਰਹੀਆਂ ਕਾਨੂੰਨ ਨੂੰ ਲਾਗੂ ਕਰਨ ਤੇ, ਇਹਦਾ ਮਸਲਾ ਤੇ ਪੋਲੀਟੀਸ਼ਨ ਨੇ ਹੱਲ ਕਰਨਾ ਨਾ ਸੁਖਵਿੰਦਰ ਜੀ, ਤੇ ਸਿਆਸਤਦਾਨ ਨੇ ਜੇ ਨਹੀਂ ਕੀਤਾ
ਤੇ ਇਹ ਮੈਨੂੰ ਦ੍ਰਿਸ਼ਟੀਕੋਣ ਕੋਈ ਚੰਗਾ ਨਹੀਂ ਲੱਗਿਆ। ਹਿਊਮੈਨੀਟੇਰੀਅਨ ਐਟੀਟਿਊਡ ਚਾਹੀਦਾ ਔਰ ਇਹ ਡਿਕਲੇਅਰਡ ਪਾਲਿਸੀ ਵੀ ਇਹਨਾਂ ਦੀ ਆਮ ਆਦਮੀ ਪਾਰਟੀ ਦੀ ਹੈ। ਜੇ ਇਹਨਾਂ ਨੇ ਨਹੀਂ ਕੀਤਾ ਤੇ ਲੋਕਾਂ ਦੇ ਵਿੱਚ ਇਹਦਾ ਕ੍ਰਿਟੀਸਿਜ਼ਮ ਹੋਣਾ ਲਾਜ਼ਮੀ ਹੈ। ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਤਸਵੀਰਾਂ ਆ ਰਹੀਆਂ, ਉਹ ਬਿਲਕੁਲ ਹੀ ਬੜੀਆਂ ਵਿਚਲਿਤ ਕਰਦੀਆਂ। ਸੁਖਵਿੰਦਰ ਜੀ, ਕੋਈ ਵੀ ਹੋਵੇ ਜਦੋਂ ਇਹੋ ਜਿਹੇ ਮੌਸਮ 'ਚ ਉਹਨਾਂ ਨੂੰ ਤੁਸੀਂ ਬੇਘਰ ਕਰ ਦਿੰਦੇ ਹੋ, ਕੋਈ ਰਹਿਣ ਦਾ ਵਸੇਬਾ ਨਹੀਂ ਬਣਾਉਂਦੇ, ਤੇ ਇਹ ਬਹੁਤ ਜਿਹਨੂੰ ਕਹੀਏ ਕਿ ਗੈਰ ਸੰਵੇਦਨਸ਼ੀਲ ਰਵੱਈਆ ਹੈ। ਇੱਦਾਂ ਨਹੀਂ ਕਰਨਾ ਚਾਹੀਦਾ ਸੁਖਵਿੰਦਰ ਜੀ। ਜੀ, ਆਮ ਲੋਕਾਂ ਦੀ ਬਾਂਹ ਜਿਹੜੀ ਆ ਉਹ ਆਮ ਲੋਕਾਂ ਦੀ ਪਾਰਟੀ ਨੂੰ ਫੜਨੀ ਚਾਹੀਦੀ ਹੈ, ਜਿਹੜੇ ਕਹਿੰਦੇ ਆਮ ਆਦਮੀ ਆ। ਇਹ ਬੜਾ ਮਤਲਬ ਕਿ ਦੁੱਖ ਮਹਿਸੂਸ ਹੁੰਦਾ ਜਦੋਂ ਅਸੀਂ ਉਹ ਤਸਵੀਰਾਂ ਦੇਖਦੇ ਹਾਂ ਕਿ ਤੁਸੀਂ ਘੱਟੋ ਘੱਟ ਜਿਹੜਾ ਆ ਉਹਨਾਂ ਦੇ ਮੁੜ ਵਸੇਬੇ ਦੀ ਗੱਲ ਕਰਨੀ ਚਾਹੀਦੀ ਹੈ। ਜਦੋਂ ਹੁਣ ਗੱਲ ਲਾਲ ਲਕੀਰ ਵਾਲੀ ਜ਼ਮੀਨ ਦੀ ਛਿੜਦੀ ਹੈ ਡਾਕਟਰ ਸਾਹਿਬ, ਉਹ ਵੀ ਜੇ ਆਪਾਂ ਸੰਪੂਰਨ ਕਰੀਏ ਤਾਂ, ਕਿਉਂਕਿ ਉਹ ਵੀ ਇੱਕ ਜਦੋਂ ਇਹ ਅਰਬਨ ਡਿਵੈਲਪਮੈਂਟ ਦੀ ਗੱਲ ਕਰਦੇ ਨੇ ਕਿ ਜੀ ਅਸੀਂ ਸ਼ਹਿਰੀਕਰਨ ਜਿਹੜਾ ਉਹ ਸਹੀ ਢੰਗ ਦੇ ਨਾਲ ਕਰਨਾ ਹੈ, ਪਹਿਲਾਂ ਜਿਵੇਂ ਲੋਕ ਬਸਤੀਆਂ ਵਗੈਰਾ ਵਿੱਚ ਰਹਿ ਰਹੇ ਨੇ ਉਹਨਾਂ ਨੂੰ ਉਸ ਤਰੀਕੇ ਨਾਲ, ਜੇ ਉਜਾੜੇ ਦੀ ਉਹਨਾਂ ਦੇ ਸਿਰ ਤੇ ਵੀ ਤਲਵਾਰ ਲਟਕ, ਉਹਨਾਂ ਨੂੰ ਕਿਸ ਪਾਸੇ ਵੱਲ ਨੂੰ ਤੋਰਨਾ, ਜੇ ਤੁਸੀਂ ਸ਼ਹਿਰੀਕਰਨ ਦੇ ਮਤਲਬ ਕਿ ਅਰਬਨ ਡਿਵੈਲਪਮੈਂਟ ਵਾਲੇ ਪਾਸੇ ਤੁਰਨਾ ਆ। ਲਾਲ ਲਕੀਰ ਵਾਲਿਆਂ ਬਾਰੇ ਹਾਲਾਂਕਿ ਸਰਕਾਰ ਨੇ ਪਿੱਛੇ ਜੇ ਜ਼ਿਕਰ ਕੀਤਾ ਸੀਗਾ, ਇਹਦੇ ਉੱਤੇ ਮੇਰੇ ਧਿਆਨ ਦੇ ਵਿੱਚ ਉਹ ਮੁਕੰਮਲ ਫੈਸਲਾ ਨਹੀਂ ਆ ਰਿਹਾ ਕਿ ਇਹਨਾਂ ਨੇ ਕੀ ਕਿਹਾ ਸੀ, ਪਰ ਖਤਰਾ ਤਾਂ ਜਿਹੜਾ ਸਤਾ ਰਿਹਾ ਨਾ ਉਹਨਾਂ ਨੂੰ ਵੀ, ਕਿ ਜੇ ਮੰਨ ਲਓ ਕੱਲ ਨੂੰ ਸਰਕਾਰ ਨੇ ਕੋਈ ਇਹੋ ਜਿਹੇ ਆਰਡਰ ਕੱਢ ਤੇ ਤਾਂ ਫਿਰ ਕੀ ਬਣੂਗਾ ਉਹਨਾਂ ਪਰਿਵਾਰਾਂ ਦਾ। ਸੁਖਵਿੰਦਰ ਜੀ, ਇਹ ਬਿਲਕੁਲ ਗਲਤ ਨੀਤੀ ਹੋਏਗੀ ਜੇ ਇਹ ਜਿਹੜੇ ਪਿੰਡ ਸ਼ਹਿਰਾਂ ਦੇ ਵਿੱਚ ਆ ਗਏ ਹੋਏ ਹਨ, ਜੇ ਇਹਨਾਂ ਦੇ ਉੱਪਰ ਇਸ ਕਿਸਮ ਦੀ ਆਪਾਂ ਕਹੀਏ ਕਿ ਸਖਤੀ ਵਰਤੀ ਜਾਂਦੀ ਹੈ ਤੇ ਬਹੁਤ ਵੱਡੇ ਉਜਾੜੇ ਹੋਣ ਦੀ ਸੰਭਾਵਨਾ ਹੈ ਔਰ ਮੈਨੂੰ ਲੱਗਦਾ ਕਿ ਸਮਾਜ ਦੇ ਵਿੱਚ ਬਹੁਤ ਵਿਰੋਧ ਹੋਣਗੇ। ਮੈਂ ਤੁਹਾਨੂੰ ਆਪਣੀ ਐਗਜ਼ਾਮਪਲ ਦਿੰਦਾ, ਮੈਂ ਇੱਥੇ ਅਰਬਨ ਸਟੇਟ ਫੇਜ਼ 1 ਦੇ ਵਿੱਚ ਰਹਿੰਦਾ, ਸ਼ਾਇਦ ਤੁਸੀਂ ਵੀ ਪਟਿਆਲੇ ਨੂੰ ਬਿਲੋਂਗ ਤੁਹਾਨੂੰ ਵੀ ਪਤਾ ਹੋਵੇ ਕਿ ਅਰਬਨ ਸਟੇਟ ਫੇਜ਼ 1 ਜਿਹੜੀ ਇੱਕ ਰੇਡੀਓ ਸਟੇਸ਼ਨ ਵਾਲੇ ਪਾਸੇ ਤੋਂ ਸ਼ੁਰੂ ਹੋ ਕੇ ਆਹ ਜਿਹੜਾ ਸਾਦਰਨ ਬਾਈਪਾਸ ਹੈ ਨਾ, ਜਿਹੜਾ ਦੱਖਣੀ ਬਾਈਪਾਸ ਹੈ ਪਟਿਆਲੇ ਦਾ, ਇੱਥੇ ਤੱਕ ਆਉਂਦੀ ਹੈ ਔਰ ਇਹਦੇ ਦੋ ਸੈਗਮੈਂਟ ਹੈਗੇ। ਇਹਦੇ ਵਿੱਚ ਇੱਕ ਪਿੰਡ ਆਉਂਦਾ ਥੇੜੀ, ਉਹ ਥੇੜੀ ਪਿੰਡ ਆਉਂਦਾ ਹੈ ਤੇ ਪਹਿਲਾਂ ਇਹੀ ਸੀ ਪਲਾਨ ਕਿ ਇਹ ਪਿੰਡ ਵਿੱਚੋਂ ਉਠਾ ਦਿੱਤਾ ਜਾਏਗਾ ਔਰ ਇਹਦੇ ਵਿੱਚੋਂ ਦੋਨਾਂ ਨੂੰ ਮਿਲਾ ਦਿੱਤਾ ਜਾਏਗਾ, ਦੋਨੋਂ ਹਿੱਸਿਆਂ ਨੂੰ, ਪਰ ਇਹ ਨਹੀਂ ਹੋਇਆ। ਉਸ ਪਿੰਡ ਨੂੰ ਪ੍ਰਵਾਨ ਕਰ ਲਿਆ ਗਿਆ, ਉਹਨਾਂ ਨੂੰ ਸੀਵਰ ਦੇ ਕੁਨੈਕਸ਼ਨ ਦੇ ਦਿੱਤੇ ਗਏ ਹੈ ਔਰ ਇਹ ਦੋਨੋਂ ਸੈਕਟਰ ਜਿਹੜੇ ਸੈਗਮੈਂਟ ਹੈ ਅਰਬਨ ਸਟੇਟ ਫੇਜ਼ 1 ਦਾ, ਯਾਨੀ ਕਿ ਆਪਾਂ ਉੱਤਰੀ ਪਾਸਾ ਅਤੇ ਪੂਰਬੀ ਪਾਸਾ, ਇਹ ਦੋਨੋਂ ਅੱਡੋ ਅੱਡ ਹੈ ਔਰ ਇਸ ਗੱਲ ਨੂੰ ਪ੍ਰਵਾਨ ਕਰ ਲਿਆ ਗਿਆ ਔਰ ਉਹਨਾਂ ਨੂੰ ਇੱਥੇ ਸੀਵਰ ਦੇ ਕੁਨੈਕਸ਼ਨ ਵਗੈਰਾ ਵੀ ਦੇ ਦਿੱਤੇ ਗਏ ਹੈ ਔਰ ਉਹ ਪਿੰਡ ਹੁਣ ਵੱਸਦਾ ਰਸਦਾ ਹੈਗਾ ਔਰ ਇਹ ਇਹਨੂੰ ਕਾਨੂੰਨੀ ਪ੍ਰਵਾਨ, ਜਿਹਨੂੰ ਆਪਾਂ ਕਹੀਏ ਕਾਨੂੰਨੀ ਤੌਰ 'ਤੇ ਪ੍ਰਵਾਨਗੀ ਮਿਲ ਗਈ ਹੋਈ ਹੈ। ਔਰ ਮੈਨੂੰ ਲੱਗਦਾ ਹੈ ਕਿ ਚੰਡੀਗੜ੍ਹ 'ਚ ਵੀ ਇਹੀ ਹੈ ਔਰ ਮੋਹਾਲੀ ਦੇ ਵਿੱਚ ਵੀ ਇਹੀ ਹੈ, ਉੱਥੋਂ ਦੇ ਪਿੰਡ ਜਿਹੜੇ ਹੈਗੇ ਆ, ਜੋ ਵੀ ਉਹਨਾਂ ਦੇ ਹਾਲਾਤ ਹੋਣ, ਉਹਨਾਂ ਨੂੰ ਤੁਸੀਂ ਉਜਾੜ ਨਹੀਂ ਸਕਦੇ ਕਿਉਂਕਿ ਬਹੁਤ ਰਵਾਇਤੀ ਤਰੀਕੇ ਨਾਲ ਲੋਕ ਉੱਥੇ ਲੰਬੇ ਸਮੇਂ ਤੋਂ ਰਹਿ ਰਹੇ ਹੋਏ ਹੈ, ਉਹਨਾਂ ਦੇ ਵਿੱਚ ਉਹਨਾਂ ਦੀਆਂ ਟ੍ਰੈਡੀਸ਼ਨ ਜੁੜੀਆਂ, ਆਈਡੈਂਟੀਟੀਆਂ ਜੁੜੀਆਂ ਹੋਈਆਂ, ਉਹਨਾਂ ਨੂੰ ਇਸ ਤਰ੍ਹਾਂ ਨਹੀਂ ਉਖਾੜਨਾ ਚਾਹੀਦਾ। ਇਹ ਨੀਤੀ ਬਿਲਕੁਲ ਮੈਨੂੰ ਲੱਗਦਾ ਕਿ ਮੁੱਢਲੇ ਤੌਰ 'ਤੇ ਗਲਤ ਹੋਏਗੀ ਸੁਖਵਿੰਦਰ ਜੀ, ਇੱਦਾਂ ਨਹੀਂ ਸਾਨੂੰ ਕਰਨਾ ਚਾਹੀਦਾ। ਇਹ ਕੁਦਰਤੀ ਵਿਕਾਸ ਹੁੰਦਾ ਕਿਸੇ ਵੀ ਇਲਾਕੇ ਦਾ, ਜਦੋਂ ਕੁਦਰਤੀ ਵਿਕਾਸ ਹੁੰਦਾ ਤੇ ਉਹਨੂੰ ਸਲੋਲੀ ਗ੍ਰੈਜੂਲੀ ਜਿਸਨੂੰ ਆਪਾਂ ਕਹਿੰਦੇ ਹਾਂ, ਉਹਨੂੰ ਆਪਣੇ ਢੰਗ ਨਾਲ ਵਿਕਸਿਤ ਹੋਣ ਦੇਣਾ ਚਾਹੀਦਾ, ਉਹਨੂੰ ਉਤਸ਼ਾਹਿਤ ਕਰੋ ਕਿ ਉਹਦੇ ਵਿੱਚ ਮਾਡਰਨ ਸਹੂਲਤਾਂ ਆਉਣ, ਉਹਦੀਆਂ ਸੜਕਾਂ ਗਲੀਆਂ ਤੁਸੀਂ ਠੀਕ ਕਰੋ, ਹੋਰ ਸਹੂਲਤਾਂ ਉਹਨਾਂ ਨੂੰ ਦਿਓ ਤਾਂ ਕਿ ਉਹ ਸ਼ਹਿਰੀਕਰਨ ਦਾ ਪ੍ਰਭਾਵ ਉਹਨਾਂ 'ਤੇ ਵੀ ਲਾਗੂ ਹੋ ਜਾਏ। ਪਰ ਜੇ ਤੁਸੀਂ ਉਹਨਾਂ ਦੀ ਸਾਰੀ ਵਿਵਸਥਾ ਨੂੰ ਹੀ ਖਰਾਬ ਕਰ ਦਿਓਗੇ ਤੇ ਪਿੰਡ ਦੀ ਨੁਹਾਰ ਹੀ ਵਿਗਾੜ ਦਿਓਗੇ ਤੇ ਫਿਰ ਤੇ ਉੱਥੇ ਬਹੁਤ ਡਿਸਪਲੇਸਮੈਂਟ ਹੋਣ ਦੀਆਂ ਸੰਭਾਵਨਾਵਾਂ ਹੁੰਦੀਆਂ। ਇੱਦਾਂ ਨਹੀਂ ਕਰਨਾ ਚਾਹੀਦਾ ਸੁਖਵਿੰਦਰ ਜੀ, ਖਾਸ ਕਰਕੇ ਜਿਸ ਕਿਸਮ ਦਾ ਸਾਡਾ ਸਮਾਜ ਹੈ, ਸਾਡਾ ਕੋਈ ਬਹੁਤ ਵਿਕਸਿਤ ਸਮਾਜ ਤੇ ਹੈ ਨਹੀਂ ਗਾ, ਆਰਥਿਕ ਤੌਰ ਤੇ ਅਸੀਂ ਪਛੜੇ ਹੋਏ ਹਾਂ ਤੇ ਸਾਡੀਆਂ ਮਜਬੂਰੀਆਂ ਵੀ ਹੈਗੀਆਂ, ਤੋ ਇਸ ਕਰਕੇ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸੁਹਿਰਦ ਰਵੱਈਆ ਹੀ ਅਖਤਿਆਰ ਕਰਨਾ ਚਾਹੀਦਾ ਹੈ, ਮਨੁੱਖੀ ਐਟੀਚਿਊਡ ਹੀ ਸਾਨੂੰ ਕਰਨਾ ਚਾਹੀਦਾ ਹੈ। ਬਿਲਕੁਲ ਜਿਹਨੂੰ ਕਹੀਏ ਕਿ ਸਖ਼ਤ ਕਾਨੂੰਨੀ ਜਿਹਾ ਨੁਕਤਾ ਲਗਾ ਲਗਾ ਹੈ, ਉਹ ਨਾ ਹੋਵੇ ਕਿ ਤੁਸੀਂ ਜੋ ਬੈਠੇ ਆ ਨੀਤੀ ਘਾੜੇ ਹੈਗੇ ਆ ਆਪਣੇ, ਉਹ ਜੋ ਦਿਮਾਗ ਵਿੱਚ ਗੱਲ ਆਈ ਵੀ ਹੈ, ਗੱਲ ਇੱਦਾਂ ਠੀਕ ਹੁੰਦੀ ਤੇ ਇੱਦਾਂ ਠੀਕ ਨਹੀਂ ਹੋਣੀ ਚਾਹੀਦੀ, ਜੋ ਅਸਲੀਅਤ ਹੈ ਗਰਾਊਂਡ ਦੇ ਉੱਪਰ
ਉਹਨੂੰ ਜ਼ਰੂਰ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਉਹ ਕਰਾਂਗੇ ਨਹੀਂ ਧਿਆਨ ਵਿੱਚ ਰੱਖਾਂਗੇ ਸੁਖਵਿੰਦਰ ਜੀ, ਅਤੇ ਫਿਰ ਇਸ ਸਮਾਜ ਦੇ ਵਿੱਚ ਅਸੀਂ ਬਹੁਤ ਵੱਡਾ ਵਿਰੋਧ ਪੈਦਾ ਕਰ ਰਹੇ ਹੋਵਾਂਗੇ, ਇਹ ਨਹੀਂ ਚੰਗਾ ਹੁੰਦਾ ਜੀ। ਪੰਜਾਬ ਸਰਕਾਰੀ ਬੱਸਾਂ ਦੇ ਵਿੱਚ ਡਾਕਟਰ ਸਾਹਿਬ ਔਰਤਾਂ ਨੂੰ ਇੱਕ ਤਾਂ ਜਿਹੜੀ ਪਿੱਛੇ ਜੇ ਕਿਹਾ ਸੀਗਾ ਕਿ ਮਾਫ ਕਰ ਦਿੱਤਾ ਉਹਨਾਂ ਕਿਰਾਇਆ, ਸਰਕਾਰ ਪਿਛਲੀ ਮਾਫ ਕਰ ਗਈ, ਇਹ ਸਰਕਾਰ ਦੇ ਗਲ ਪੈ ਗਿਆ। ਸਰਕਾਰੀ ਟਰਾਂਸਪੋਰਟ ਘਾਟੇ ਦੇ ਵਿੱਚ ਹੈ, ਸਭ ਨੂੰ ਪਤਾ, ਉਹਨਾਂ ਦੇ ਮੁਲਾਜ਼ਮ ਜਾਂ ਉਹਨਾਂ ਦੇ ਪੈਨਸ਼ਨਰ ਜਿਹੜੇ ਨੇ ਉਹਨਾਂ ਨੂੰ ਹਰ ਵੇਲੇ ਹੀ ਡਰ ਸਤਾਉਂਦਾ, ਪਤਾ ਨੀ ਇਸ ਮਹੀਨੇ ਦੀ ਪੈਨਸ਼ਨ ਜਾਂ ਤਨਖਾਹ ਆਉਣੀ ਹੈ ਕਿ ਨਹੀਂ ਆਉਣੀ। ਹੁਣ ਉਹਨੂੰ ਕਹਿ ਲਓ ਜਾਂ ਫਿਰ ਸਰਕਾਰ ਨੇ ਪਿਛਲੀ ਨੀਤੀ ਦੇ ਤਹਿਤ ਜੋ ਕੁਛ ਪਹਿਲਾਂ ਸੀ ਉਹਦੇ ਤਹਿਤ ਕੀਤਾ ਕਿ ਚੰਡੀਗੜ੍ਹ ਦੇ ਵਿੱਚ ਕੋਈ ਵੀ ਪੰਜਾਬ ਦੀ ਜਿਹੜੀ ਆ ਪ੍ਰਾਈਵੇਟ ਬੱਸ ਨਹੀਂ ਜਾਵੇਗੀ। ਚਰਚਾ ਮੀਡੀਆ ਦੇ ਵਿੱਚ ਬਾਦਲਾਂ ਦੀਆਂ ਬੱਸਾਂ ਦੀ ਹੋ ਰਹੀ ਹੈ ਕਿ ਬਾਦਲਾਂ ਦੀਆਂ ਬੱਸਾਂ ਹੁਣ ਚੰਡੀਗੜ੍ਹ ਨਹੀਂ ਵੜਨਗੀਆਂ। ਪਤਾ ਨੀ ਹੁਣ ਪ੍ਰਾਈਵੇਟ ਬਾਕੀ ਟਰਾਂਸਪੋਰਟ ਦਾ ਜ਼ਿਕਰ ਕਿਉਂ ਨਹੀਂ, ਸਿਆਸੀ ਤੇ ਲਾਹ ਲੈਣ ਲਈ ਵੀ ਹੋ ਸਕਦਾ। ਤੇ ਰਹੀ ਗੱਲ ਸਰਕਾਰੀ ਟਰਾਂਸਪੋਰਟ ਦੀ, ਕੀ ਇਹਦੇ ਨਾਲ ਕੋਈ ਘਾਟਾ ਪੂਰਾ ਹੋ ਜਾਏਗਾ PRTC ਜਾਂ ਹੋਰ ਸਰਕਾਰੀ ਫਨ ਬੱਸ ਵਗੈਰਾ ਦਾ, ਜਾਂ ਫਿਰ ਇਹ ਵੀ ਫੈਸਲਾ ਜਿਹੜਾ ਆ ਉਸੇ ਤਰੀਕੇ ਨਾਲ ਸਾਬਤ ਹੋਏਗਾ ਜਿਵੇਂ ਦੇ ਪਿਛਲੇ ਫੈਸਲੇ ਜਿਹੜੇ ਨੇ ਜਿਹਨਾਂ ਤੇ ਸਰਕਾਰ ਦੀ ਨੁਕਤਾਚੀਨੀ ਹੁੰਦੀ ਰਹੀ ਹੈ? ਸੁਖਵਿੰਦਰ ਜੀ, ਜਿੱਥੋਂ ਤੱਕ ਨੀਤੀਗਤ ਫੈਸਲਿਆਂ ਦੀ ਗੱਲ ਹੁੰਦੀ ਹੈ, ਉਹ ਸਰਕਾਰ ਦੀ ਉਹ ਜੁਰਿਸਡਿਕਸ਼ਨ ਹੈ, ਉਹ ਫੈਸਲੇ ਕਰ ਸਕਦੇ ਵੀ ਉਹਨਾਂ ਨੇ ਕਿਹੜੀ ਗੱਲ ਦੀ ਇਜਾਜ਼ਤ ਦੇਣੀ, ਕਿਹੜੀ ਦੀ ਇਜਾਜ਼ਤ ਨਹੀਂ ਦੇਣੀ, ਇਹ ਉਹਨਾਂ ਦੇ ਅਧਿਕਾਰ ਖੇਤਰ ਵਿੱਚ ਆਉਂਦਾ। ਪਰ ਉਹਦੇ ਵਿੱਚ ਜੇ ਆਪਾਂ ਕਹੀਏ ਕਿ ਉਹ ਪਿਕ ਐਂਡ ਚੂਜ਼ ਕਰ ਲੈਣ, ਵਿਤਕਰਾ ਕਰਨ, ਉਹ ਨਹੀਂ ਕਰ ਸਕਣ, ਕਿਉਂਕਿ ਉਹ ਆਪਾਂ ਨੂੰ ਪਤਾ ਕਿ ਅਦਾਲਤਾਂ ਦੇ ਵਿੱਚ ਉਹ ਅਜਿਹੇ ਫੈਸਲੇ ਜਿਹੜੇ ਹੈ ਉਹ ਟਿਕ ਨਹੀਂ ਸਕਦੇ। ਉਹ ਮੈਂ ਹੁਣੇ ਸੁਣ ਲਿਆ ਸੀਗਾ, TV ਤੇ ਹੀ ਕਿਤੇ ਆ ਰਿਹਾ ਸੀਗਾ ਕਿ ਡਿੰਪੀ ਢਿੱਲੋਂ ਹੁਣਾਂ ਦਾ ਇਹ ਹੈ ਕਿ ਜਦੋਂ ਇਹ ਜ਼ਿਕਰ ਆ ਰਿਹਾ ਤੇ ਉਹ ਕਹਿੰਦੇ ਸੀ ਵੀ ਅਸੀਂ ਇਹਨੂੰ ਚੈਲੰਜ ਕਰਾਂਗੇ, ਕਿਉਂਕਿ 2018 ਦੀ ਜਿਹੜੀ ਨੀਤੀ ਹੈ ਜਿਹਦੇ ਤਹਿਤ ਸਾਨੂੰ ਲਾਇਸੈਂਸ ਮਿਲੇ ਹੋਏ ਹੈ ਉਹਦੇ ਤਹਿਤ ਇਹ ਲਾਇਸੈਂਸ ਸਾਡੇ ਵਾਪਸ ਨਹੀਂ ਲੈ ਸਕਦੇ। ਹੁਣ ਇਹ ਕਾਨੂੰਨੀ ਪ੍ਰਕਿਰਿਆ ਹੈ ਵੀ ਜਿਹੜੀ ਉਹ 2018 ਦੇ ਵਿੱਚ ਲਾਇਸੈਂਸ ਦਿੱਤੇ ਸੀ ਕਿੰਨੇ ਸਮੇਂ ਲਈ ਹੈ, ਮੈਨੂੰ ਇਹਦੇ ਬਾਰੇ ਜਾਣਕਾਰੀ ਨਹੀਂ ਹੈ। ਉਹ ਤੇ ਨਿਰਭਰ ਕਰੇਗਾ ਕਿ ਕਾਨੂੰਨੀ ਆਧਾਰ ਕੀ ਹੈ। ਜਿਹੜਾ ਪ੍ਰਾਈਵੇਟ ਵਾਲਿਆਂ ਦਾ ਤੁਸੀਂ ਚੈਲੰਜ ਕਰਦੇ ਹੋ ਤੁਸੀਂ ਆਉਣ ਨਹੀਂ ਦੇਣਾ, ਤੇ ਉਹ ਇੱਕ ਸਾਰ ਲਾਗੂ ਕਰਨਾ ਪੈਣਾ। ਹੋਰ ਟਰਾਂਸਪੋਰਟਸ ਵੀ ਹੈਗੀਆਂ ਜਿੱਦਾਂ ਆਪਾਂ ਜਾਣਦੇ ਹਾਂ ਕਿ ਬੰਬੇ ਆ ਕੀ ਹੈ ਅੰਬਾਲਾ ਸਿੰਡੀਕੇਟ ਦੀਆਂ ਬੱਸਾਂ ਹੈਗੀਆਂ, ਏਦਾਂ ਹੀ ਜਿਹੜਾ ਇਹ ਜਲੰਧਰ ਵਾਲੇ ਜਿਹੜੇ ਹੈਗੇ ਆ ਉਹਨਾਂ ਦੀਆਂ ਬੱਸਿਸ ਹੈਗੀਆਂ। ਸੋ ਇਸ ਕਰਕੇ ਇਹ ਸਿਰਫ ਅਕਾਲੀਆਂ ਦੀ ਨਹੀਂ, ਮੈਂ ਆਪਾਂ ਨੂੰ ਪਤਾ ਕਿ ਕਾਂਗਰਸੀ ਟਰਾਂਸਪੋਰਟਰ ਵੀ ਹੈਗੇ ਆ, ਆਮ ਆਦਮੀ ਪਾਰਟੀ ਵਾਲਿਆਂ ਦੇ ਨਹੀਂ, ਆਪਾਂ ਨੂੰ ਪਤਾ। ਤੇ ਉਹ ਜੇ ਬੰਦ ਕਰਨਾ ਤੇ ਸਾਰਿਆਂ ਦੀ ਇਹ ਬੰਦ ਕਰਨਾ ਪੈਣਾ, ਇਹ ਤੇ ਚਲੋ ਠੀਕ ਹੋਗਾ। ਦੂਸਰੀ ਗੱਲ ਹੈ, ਮੈਨੂੰ ਲੱਗਦਾ ਇਹ ਹੈ ਕਿ ਇਹਦੇ ਨਾਲ ਆਰਥਿਕ ਫਾਇਦਾ ਤੇ ਕੁਦਰਤੀ ਜਿਹੜੇ ਸਰਕਾਰੀ ਟਰਾਂਸਪੋਰਟ ਹੈ ਉਹਨਾਂ ਤੇ ਹੋਏਗਾ, ਕਿਉਂਕਿ ਉਹਦੇ ਨਾਲ ਕੁਦਰਤੀ ਗੱਲ ਹੈ ਵੀ ਜਿਸਨੇ ਚੰਡੀਗੜ੍ਹ ਜਾਣਾ ਹੈ ਉਹ ਪ੍ਰੈਫਰ ਕਰੇਗਾ ਕਿ ਸਰਕਾਰੀ ਬੱਸ ਤੇ ਉਹ ਸਫ਼ਰ ਕਰੇ, ਤੇ ਉਹਦੇ ਨਾਲ ਕੁਦਰਤੀ ਹੈ ਕਿ ਉਹਨਾਂ ਦੇ ਵਿੱਚ ਸਵਾਰੀਆਂ ਵਧੇਰੇ ਜਾਣਗੀਆਂ ਤੇ ਪ੍ਰਾਈਵੇਟ ਦੇ ਵਿੱਚ ਘੱਟ ਜਾਣਗੀਆਂ, ਕਿਉਂਕਿ ਜੇ ਉਹਨਾਂ ਨੇ ਮੋਹਾਲੀ ਉਤਾਰਨਾ ਤੇ ਮੋਹਾਲੀ ਤੋਂ ਅੱਗੇ ਫਿਰ ਉਹਨਾਂ ਨੂੰ ਚੰਡੀਗੜ੍ਹ ਜਾਣ ਲਈ ਕੋਈ ਨਾ ਕੋਈ ਪ੍ਰਬੰਧ ਕਰਨਾ ਪੈਣਾ। ਸੋ ਇਸ ਕਰਕੇ ਸਵਾਰੀਆਂ ਕੋਸ਼ਿਸ਼ ਇਹੀ ਕਰਨਗੀਆਂ ਕਿ ਅਸੀਂ ਸਰਕਾਰੀ ਬੱਸਾਂ ਦੇ ਵਿੱਚ ਹੀ ਸਫ਼ਰ ਕਰੀਏ, ਤੇ ਇਹਦੇ ਨਾਲ ਸਰਕਾਰੀ ਟਰਾਂਸਪੋਰਟ ਨੂੰ ਤਾਂ ਡੈਫੀਨੇਟਲੀ ਫਾਇਦਾ ਹੋਣ ਦੀ ਸੰਭਾਵਨਾ ਹੈ। ਉਹ ਉਸ ਪੱਖੋਂ ਤੇ ਮੈਨੂੰ ਕੋਈ ਇਹ ਫੈਸਲਾ ਮਾੜਾ ਨਹੀਂ ਲੱਗਦਾ। ਸਿਰਫ ਤੇ ਸਿਰਫ ਇਹ ਹੈ ਕਿ ਕਾਨੂੰਨੀ ਤੌਰ ਤੇ ਤਕਨੀਕੀ ਤੌਰ ਤੇ ਇਹਦਾ ਆਧਾਰ ਕੀ ਹੈ ਵੀ ਭਲਾ ਪਹਿਲਾਂ ਜਿਹੜਾ ਲਾਇਸੈਂਸ ਦਿੱਤੇ ਹੋਏ ਹੈ ਉਹ ਕਦੋਂ ਤੱਕ ਵੈਲਿਡ ਹੈ, ਕੀ ਇਹ ਸਰਕਾਰ ਕਿਸੇ ਵੀ ਸਮੇਂ ਉਹਨੂੰ ਰੱਦ ਕਰ ਸਕਦੀ ਹੈ ਨਹੀਂ, ਇਹ ਕਾਨੂੰਨੀ ਪਹਿਲੂ ਹੈ ਜਿਹਦੇ ਬਾਰੇ ਮੇਰੇ ਕੋਲ ਪੂਰੀ ਜਾਣਕਾਰੀ ਨਹੀਂ ਹੈ। ਮੈਂ ਇਹ ਤੇ ਟਿੱਪਣੀ ਨਹੀਂ ਕਰ ਸਕਾਂਗਾ, ਪਰ ਇਹ 'ਚ ਕੋਈ ਸ਼ੱਕ ਨਹੀਂ ਕਿ ਸਰਕਾਰਾਂ ਦਾ ਅਧਿਕਾਰ ਖੇਤਰ ਹੁੰਦਾ ਹੈ ਅਜਿਹੇ ਨੀਤੀਗਤ ਫੈਸਲੇ ਕਰਨ ਦਾ, ਤੇ ਇਹਦੇ ਨਾਲ ਸਰਕਾਰੀ ਟਰਾਂਸਪੋਰਟ ਨੂੰ ਫਾਇਦਾ ਹੋਣ ਦੀ ਸੰਭਾਵਨਾ ਸੁਖਵਿੰਦਰ ਜੀ ਜ਼ਰੂਰ ਹੈਗੀ ਜੀ। ਸਾਰਾ ਦਿਨ ਰੌਲਾ ਪੈਂਦਾ ਰਿਹਾ ਡਾਕਟਰ ਸਾਹਿਬ ਕਿ ਚੰਡੀਗੜ੍ਹ ਦੇ ਵਿੱਚ ਜਿਹੜਾ SSP ਹੈ ਉਹ ਹਰਿਆਣਾ ਕੇਡਰ ਦਾ ਲਾਤਾ, ਪੰਜਾਬ ਸਰਕਾਰ ਦਿੱਤਾ ਆ, ਮੁੱਖ ਮੰਤਰੀ ਭਗਵੰਤ ਮਾਨ ਨੇ ਅੱਗੇ ਹੀ ਰਾਜਪਾਲ ਸਾਹਿਬ ਦੇ ਨਾਲ ਪਹਿਲਾਂ ਜਿਹੜੀਆਂ VC ਦੀ ਨਿਯੁਕਤੀ ਸ਼ਾਇਦ ਸੀਗੀ ਉਹਨੂੰ ਲੈ ਕੇ ਵੀ ਕਾਫੀ ਰੌਲਾ ਰੱਪਾ ਪੈਂਦਾ ਰਿਹਾ, ਤੇ ਹੁਣ ਇਹ ਨਿਯੁਕਤੀ ਜਿਹੜੀ ਹੈ ਇਹਨੂੰ ਉਸ ਤਰੀਕੇ ਨਾਲ ਚੈਲੰਜ ਵਜੋਂ ਦੇਖਿਆ ਜਾ ਰਿਹਾ ਕਿ ਇਹ ਚੰਡੀਗੜ੍ਹ ਜਿਹੜਾ ਉਹ ਪੰਜਾਬ ਦੇ ਹੱਥੋਂ ਹੌਲੀ ਹੌਲੀ ਜਿਹੜਾ ਉਹ ਕਿਰਦਾ ਜਾ ਰਿਹਾ। ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਸੁਖਵਿੰਦਰ ਜੀ, ਉਹ ਬੜਾ ਹੀ ਸਾਨੂੰ ਜੋ ਮਰਜ਼ੀ ਅਸੀਂ ਕਹੀ ਜਾਈਏ
कि ये 60-40 की रेशियो विच सीगा ते इहदे मुताबक ही साढ़े इत्थे लगने चाहिए। रवायत यही है कि एस एस पी पंजाब के काडर विचों लगना चाहिए। यह रवायतों नूं देखो जिहड़ी ताकतवर जिहड़ी भी धिर हुंदी है वह नहीं मन दिंदी रवायतों नूं। जे लिखती चीज़ जिहड़ी होए लिखती आधार वह मेरे मुताबक इहो जिहा कोई है नहीं गा जिहदे विचों कि भी जी एस एस पी पंजाब का ही लगना चाहिए। यह लिखती आधार कोई मेरे ध्यान विच एटलीस्ट नहीं है। और यह साड़ी मंग हो सकती है कि क्योंकि पंजाब राजधानी पंजाब के खिते बनी हुई है, आपको पता है कि जो वंड हुई सी तो एक खरड़ ब्लॉक जो अपने तहसील हैगी है ये है, पंजाब के पहला तो शाह कमीशन ने दी सी हरियाणा नूं, पर बाद दे विच फैसला यही होया सी कि ये पंजाब दी ही है तो पंजाब ये इसे एरिए विच बनिया होया चंडीगढ़ है। सुखविंदर जी तो जदों पंजाब के खिते विच चंडीगढ़ विसरिया हो पंजाबियों नूं उजाड़ के बनाया होया है तो जिन्हों कहीए कि न्यायिक तौर से ते पंजाब दा वधेरे हक है ते ये पंजाब दे कोल ही रहना चाहिए। इहदी मंग भी हुंदी रही है हुंदी भी रहनी है, पर इस वेले दी स्थिति सुखविंदर जी इह है। मैं तुहानूं शायद याद होए कि मैं अक्सर ये कहना हुंदा कि चंडीगढ़ नूं यूनियन टैरीटरी तों हटा के पंजाब दे हिस्से विच लियाउण लई कोई पंजाबी लीडर सुहिरद नहीं है। मेरा मैं ओपन एलीगेशन लाउंदा हुंदा कि चाहे अकाली होण चाहे कांग्रसी होण चाहे कोई होर, खास करके जिहड़ियां स्थापित सियासी लीडरशिप है वह नहीं चाहती, वह अंदरों नहीं चाहती, उपरों जो मर्जी नीतिगत बयान दे जाण वह साढ़े ते हुण समझ लो भी गल पै ही गया होया है। चंडीगढ़ ने यूनियन टैरीटरी रहना तो जो यूनियन टैरीटरी रही है तो ये दिल्ली का शासन ही चलता है। ये रवायतां तो थोड़ियां मुक जाणियां जिस तरह तुम देख ही लिया कि भाखड़ा ब्यास मैनेजमेंट बोर्ड के मैंबर की जिहड़ी गल सी आपां पता कि वो एक ट्रडिशन सी कि ये पंजाब का होएगा एक हरियाणा का होएगा, उन्होंने वो भी कोई गल नहीं की, उन्होंने कहा जितों मर्जी कोई आ सकता। सो ये यह है कि रुख सुखविंदर जी इस वेले चंडीगढ़ नूं कंप्लीटली यूनियन टैरीटरी के तौर पर वह कब्जा जिहड़ा वह दिल्ली का वह मजबूत हो रहा। गवर्नर मीनस दिल्ली आपां नूं पता है वह चाहे एडमिनिस्ट्रेटर हन पर उन्होंने दिल्ली के कहते चलना तो दिल्ली की नीति यही है कि यह साढ़े कहे मुताबक ही सारा इत्थे चले। ये रवायतां रूतां जिहड़ियां हैगियां इहदी इस वेले दे रजीम नूं कोई परवाह नज़र नहीं आउंदी ते ना ही कोई ऐसा देखो आपां कहीए कि ना सियासी प्रभाव भी है नहीं कोई। सुखविंदर जी ये सारे बयान ही है, कोई दसो पंजाबियों ने भला मैं कहना हुना भी यह जे गल हो भला इत सारिया पार्टियां कट्ठे करके कोई एजिटेशन क्यों नहीं यार लांच क्यों नहीं ये बात भगवंत होनी यानी कि वॉयस आवाज क्यों नहीं दिंदे कि आओ सारे कट्ठे हो यार साढ़े को जो सा अधिकार है माड़े मोटे है वह भी खो के ये साढ़े को ले जा रहे हुए हैं, आओ आप कट्ठे हो के ये खिलाफ मोर्चा लाइए जो कोई गल करिए कोई आवाज उठाइए यकमुश्त हो के जिहदा को प्रभाव पवे। ये हुण ते कोई गल ही है नहीं गी, कोई एक बयान बयानबाजी जरूर हो रही है। बयाना नाल सुखविंदर जी सियासत विच कुछ नहीं हुंदा जिन्ना चिर तुसीं किसी तरह बोझ नहीं बनाउंदे, डिसीजन मेकर नूं मजबूर नहीं करदे कि ये इदां नहीं असीं करन देणा, अजिहा तां कोई पैंतड़ा मैनूं नज़र सुखविंदर जी आ नहीं रहा जी। जे सत्ता धिर नहीं कुछ करती तो विरोधियों तो आस होंदी है कि जे उन्होंने धिर दे विच बिठाया तो वह कोई झंडा चुकन झंडा बरदार बनन। वाकई जे पंजाब दे तैशी ने जे कि ठंड लगती है तो फिर रब ही राखा पंजाब का, जे तुसीं नहीं जाके ब्रूहां मन लिया जाके चंडीगढ़ दियां जा उस तरीके का प्रैशर नहीं बनाउणा, जिहड़ियां नैशनल पार्टियां जिवें कांग्रेस है जे उहदा नहीं दबदबा बनदा घट्टो घट अकाली दल ही आ जाए, क्योंकि पंजाब दे जदों मुद्दियां दी गल आउंदी है तां अकाली दल तो आस हुंदी है कि खेतरी पार्टी है ये तो घट्टो घट पंजाब दी गल करनगे। ट्वीट करना जां बयान देना जां मीडिया च आके सरकार ते उंगल चुक देना इहदे नाल कुछ नहीं बनदा, इह तां जमीन ते आके लड़ाई लड़नी पैणी है। जदों इह कुरबानी दी गल करदे ने ते इहनां दा इतिहास दसदा अकाली दल दा कि की कुछ कुरबान कीता, पर हुण दी
ਜਿਹੜੀ ਹੈ ਉਹਦੇ ਤੇ ਸਵਾਲ ਉੱਠਦਾ ਹੈ ਕਿ ਇੱਥੇ ਤਾਂ ਕੁਰਸੀ ਛੱਡਣ ਨੂੰ ਕੋਈ ਤਿਆਰ ਨਹੀਂ, ਤੁਸੀਂ ਕੁਰਬਾਨੀ ਦੀ ਗੱਲ ਕਰਦੇ ਹੋ। ਜਿਹੜਾ ਹੁਣ ਅੱਗੇ ਮੈਂ ਪੰਥਕ ਮਸਲਿਆਂ ਤੇ ਆਉਣ ਲੱਗਿਆ ਕਿ ਡਾਕਟਰ ਸਾਹਿਬ ਅੰਮ੍ਰਿਤਪਾਲ ਸਿੰਘ ਦੇ ਚਰਚੇ ਉਹਨਾਂ ਦੀ ਵਹੀਰ ਦੇ ਨਾਲੋਂ ਜਿਹੜੀ ਉਹਨਾਂ ਨੇ ਖਾਲਸਾ ਵਹੀਰ ਸ਼ੁਰੂ ਕੀਤੀ ਹੈ ਉਹ ਸਵਾਲਾਂ ਦੀ ਵਹੀਰ ਨਿਬੜਦੀ ਜਾ ਰਹੀ ਹੈ ਕਿ ਜਿਉਂ ਜਿਉਂ ਉਹਦਾ ਸਮਾਂ ਨੇੜੇ ਆਉਂਦਾ ਜਾਂਦਾ ਸੰਪੂਰਨ ਹੋਣ ਦਾ ਤਿਉਂ ਤਿਉਂ ਵਾਦ ਵਿਵਾਦ ਜਿਹੜਾ ਆ ਉਹ ਵੱਧਦਾ ਜਾ ਰਿਹਾ। ਹਾਲਾਂਕਿ ਜਦੋਂ ਸ਼ੁਰੂ ਕੀਤੀ ਸੀ ਉਦੋਂ ਤੋਂ ਲੈ ਕੇ ਥੋੜੀ ਜਿਹੀ ਸ਼ਾਂਤ ਮੁਹਿੰਮ ਲੱਗ ਰਹੀ ਸੀ ਲੋਕਾਂ ਨੂੰ ਕਿ ਉਹ ਆਪਣੀ ਥਾਂ ਤੇ ਚੱਲ ਰਹੇ ਨੇ। ਰਵਨੀਤ ਬਿੱਟੂ ਵਰਗਿਆਂ ਨੇ ਕਿਹਾ ਕਿ ਠੀਕ ਹੈ ਉਹ ਅੰਮ੍ਰਿਤਪਾਨ ਕਰਾ ਰਹੇ ਨੇ, ਅਸੀਂ ਕੋਈ ਇਸ ਗੱਲ ਦੇ ਉੱਤੇ ਲੋਕਾਂ ਨੂੰ ਉਹ ਚੰਗੇ ਪਾਸੇ ਲਾ ਰਹੇ ਨੇ, ਅਸੀਂ ਨੀ ਕੋਈ ਵਿਰੋਧ ਜਤਾਉਂਦੇ। ਜਦੋਂ ਕੋਈ ਇਹੋ ਜਿਹੀ ਗੱਲ ਕਰਨਗੇ ਤਾਂ ਫਿਰ ਅਸੀਂ ਵਿਰੋਧ ਕਰਾਂਗੇ। ਤੇ ਹੁਣ ਗੁਰੂ ਘਰਾਂ ਦੇ ਅੰਦਰ ਲੱਗੇ ਕੁਰਸੀਆਂ ਨੂੰ ਹਟਾਉਣਾ ਜਾਂ ਗਲਿਆਰੇ ਚ ਲੱਗੀਆਂ ਕੁਰਸੀਆਂ ਨੂੰ ਹਟਾਉਣਾ, ਉਹਨੂੰ ਅੱਗ ਲਾ ਦੇਣੀ, ਇਹਦਾ ਕਾਫੀ ਵਿਰੋਧ ਹੋ ਰਿਹਾ। ਸ਼੍ਰੋਮਣੀ ਕਮੇਟੀ ਬਾਰੇ ਮੈਂ ਇੱਕ ਪ੍ਰੋਗਰਾਮ ਵੀ ਕੀਤਾ, ਉਹਦੇ ਵਿੱਚ ਵੀ ਜ਼ਿਕਰ ਕੀਤਾ, ਸਵਾਲ ਤੁਹਾਡੇ ਅੱਗੇ ਵੀ ਕਰਦਾ ਕਿ ਸ਼੍ਰੋਮਣੀ ਕਮੇਟੀ ਕਹਿ ਰਹੀ ਹੈ ਕਿ ਸ਼੍ਰੋਮਣੀ ਕਮੇਟੀ ਦੇ ਗੁਰਦੁਆਰਿਆਂ ਦੇ ਵਿੱਚ ਇਹੋ ਜਿਹਾ ਕੁਝ ਨਹੀਂ, ਤੇ ਜੇ ਆਪਾਂ ਦੇਖਦੇ ਹਾਂ ਬਾਹਰ ਉਹ ਲੋਕਲ ਗੁਰਦੁਆਰਿਆਂ 'ਚ ਇਹ ਵਧੇਰੇ ਰੁਝਾਨ ਹੈ। ਸੁਖਵਿੰਦਰ ਜੀ ਤੁਸੀਂ ਠੀਕ ਕਹਿ ਰਹੇ ਹੋ ਕਿ ਮਸਲੇ ਨੂੰ ਦੇਖੋ ਜੇ ਤਾਂ ਆਪਾਂ ਸਿਆਸੀ ਤੌਰ ਤੇ ਇਹਦਾ ਕੋਈ ਹੱਲ ਲੱਭਣਾ ਤੇ ਉਹ ਤਾਂ ਲੱਭਦਾ ਨਹੀਂ ਗਾ। ਉਹ ਕਾਰਨ ਇਹ ਹੈ ਸਿਆਸੀਕਰਨ ਇਸ ਮਸਲੇ ਦਾ ਨਹੀਂ ਕਰਨਾ ਚਾਹੀਦਾ। ਸਿਧਾਂਤ ਦੇ ਤੌਰ ਤੇ ਆਪਾਂ ਨੂੰ ਪਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਜਿਹੜਾ ਹੈਗਾ ਉਹ ਹਰ ਤਰ੍ਹਾਂ ਬਹਾਲ ਰਹਿਣਾ ਚਾਹੀਦਾ ਤੇ ਕੋਈ ਉਹ ਸਿੱਖ ਮੈਂ ਨਹੀਂ ਸਮਝਦਾ ਕਿ ਜਿਹੜਾ ਗੁਰੂ ਘਰ ਜਾਂਦਾ ਭਰੋਸੇ ਨਾਲ ਉਹ ਗੁਰੂ ਸਾਹਿਬ ਦਾ ਸਤਿਕਾਰ ਉਹਦੇ ਮਨ ਵਿੱਚ ਨਹੀਂ ਹੈ। ਉਹ ਜਿਹੜਾ ਵੀ ਜਾਂਦਾ ਗੁਰੂ ਘਰ ਸ਼ਰਧਾ ਵੱਸ ਜਾਂਦਾ, ਸਤਿਕਾਰ ਨਾਲ ਜਾਂਦਾ, ਗੁਰੂ ਕੋਲ ਜੋਦੜੀਆਂ ਕਰਦਾ ਹੈ ਤੇ ਜੇ ਕੋਈ ਉਹਦੀ ਮਜਬੂਰੀ ਸਰੀਰਕ ਮਜਬੂਰੀ ਹੈਗੀ ਹੈ ਔਰ ਉਹ ਥੱਲੇ ਨਹੀਂ ਬੈਠ ਸਕਦਾ ਤੇ ਫਿਰ ਉਹਦੇ ਲਈ ਉਹ ਪ੍ਰਬੰਧ ਸਾਨੂੰ ਕਰਨੇ ਚਾਹੀਦੇ ਆ, ਗੁਰੂ ਘਰਾਂ ਨੂੰ ਕਰਨੇ ਚਾਹੀਦੇ। ਔਰ ਜਿੱਥੇ ਕੀਤੇ ਹੋਏ ਆ ਜੇ ਉਹ ਆਪਾਂ ਨੂੰ ਲੱਗਦਾ ਹੈ ਕਿ ਵੀ ਇਹਦੇ ਨਾਲ ਕੋਈ ਅਵੱਗਿਆ ਹੋ ਰਹੀ ਹੈ ਤੇ ਉਹ ਮਤਲਬ ਇਹਦਾ ਫੈਸਲਾ ਕੌਣ ਕਰੇ? ਸੁਖਵਿੰਦਰ ਜੀ ਮੇਰੇ ਤੇ ਸਾਹਮਣੇ ਸਿਧਾਂਤਕ ਗੱਲ ਆ, ਇਹਦਾ ਫੈਸਲਾ ਅੰਮ੍ਰਿਤਪਾਲ ਹੁਣੀ ਕਿਵੇਂ ਕਰਨ? ਇਹਦਾ ਫੈਸਲਾ ਕਰਨ ਦੀ ਅਥਾਰਿਟੀ ਉਹਨਾਂ ਕੋਲ ਕਿਹਨੇ ਦੇ ਦਿੱਤੀ ਹੋਈ ਹੈ? ਉਹ ਇੱਕ ਸੋਚ ਦੇ ਧਾਰਨੀ ਹੈਗੇ ਹੈ, ਉਹ ਕਰ ਰਹੇ ਹੋਏ ਆ, ਕਰਨ ਚੰਗੀ ਗੱਲ ਹੈ, ਅੰਮ੍ਰਿਤ ਛਕਾਉਣ, ਲੋਕਾਂ ਨੂੰ ਨਸ਼ਿਆਂ ਤੋਂ ਦੂਰ ਕਰਨ, ਪਰ ਇਹ ਜਦੋਂ ਇਹੋ ਜਿਹੀ ਗੱਲ ਜਾ ਕੇ ਉੱਥੇ ਇਸ ਤਰ੍ਹਾਂ ਦੀ ਡਾਂਗ ਨਾਲ ਗੱਲ ਕਰਾਉਣ ਦੀ ਗੱਲ ਹੁੰਦੀ ਹੈ ਨਾ ਜੀ ਸੁਖਵਿੰਦਰ ਜੀ, ਇਹ ਤੇ ਨਾ ਤੇ ਪੰਥਕ ਮਰਿਆਦਾ ਅਨੁਸਾਰ ਹੈ, ਨਾ ਪੰਥਕ ਕਹੀਏ ਸੋਚ ਮੁਤਾਬਕ, ਨਾ ਗੁਰੂ ਗ੍ਰੰਥ ਸਾਹਿਬ ਦੀ ਸੋਚ ਮੁਤਾਬਕ। ਗੁਰੂ ਗ੍ਰੰਥ ਸਾਹਿਬ ਦੀ ਸੋਚ ਤੇ ਸਾਰਿਆਂ ਨੂੰ ਨਾਲ ਲੈ ਕੇ ਤੁਰਨ ਦੀ ਹੈ ਨਾ ਜੀ। ਉਹ ਧਾਰਮਿਕ ਮਸਲਿਆਂ ਦੇ ਵਿੱਚ ਤੁਸੀਂ ਤੱਕਾ ਜੋਰੀ ਜਿਸਨੂੰ ਆਪਾਂ ਕਹਿੰਦੇ ਨਾ ਉਹ ਨਹੀਂ ਚੱਲਦੀ ਹੁੰਦੀ, ਇਹ ਤਾਂ ਤਾਲਬਾਨੀ ਗੱਲ ਹੋ ਗਈ ਨਾ ਜੀ। ਫਿਰ ਇਹ ਗੱਲ ਆਪਾਂ ਨੂੰ ਪਤਾ, ਆਪਾਂ ਦੇਖ ਲੈ ਕੇ ਅਜਿਹੀ ਸੋਚ ਦੇ ਨਤੀਜੇ ਬਹੁਤ ਮਾੜੇ ਨਿਕਲਦੇ ਆ, ਆਪਣੇ ਸਾਹਮਣੇ ਹੀ ਆ ਯਾਰ। ਈਰਾਨ ਦਾ ਤੁਸੀਂ ਕੇਸ ਦੇਖ ਲਓ, ਉੱਥੇ ਧੱਕੇ ਨਾਲ ਇੱਕ ਖਾਸ ਕਿਸਮ ਦੀ ਜਿਹੜੀ ਆਪਾਂ ਰਹਿਤ ਹੈ ਉਹ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਕਿ ਉੱਥੇ ਕਿੰਨੀਆਂ ਮੌਤਾਂ ਹੋ ਗਈਆਂ, ਕਿੰਨੀ ਉੱਥੇ ਹੋਈ ਹੈ। ਈਰਾਨ ਵਰਗੇ ਦੇਸ਼ ਦੇ ਵਿੱਚ ਜਿਹੜਾ ਕਿ ਇਸਲਾਮਿਕ ਰਿਪਬਲਿਕ ਹੈ, ਔਰ ਅਫਗਾਨਿਸਤਾਨ 'ਚ ਆਪਾਂ ਦੇਖ ਹੀ ਲਿਆ ਵੀ ਤਾਲਿਬਾਨੀ ਕਿਸ ਤਰ੍ਹਾਂ ਦੀ ਗੱਲ ਹੋ ਰਹੀ ਹੈ। ਇਹ ਮੈਂ ਸਮਝਦਾ ਕਿ ਇਹ ਗੱਲ ਮੁੱਢਲੇ ਤੌਰ 'ਤੇ ਗਲਤ ਹੈ, ਇਹ ਤਰੀਕਾ ਇਹ ਕਾਰ ਗਲਤ ਹੈ, ਇਹ ਨਹੀਂ ਹੋਣਾ ਚਾਹੀਦਾ ਇਸ ਢੰਗ ਨਾਲ ਵੀ ਜਿੱਥੇ ਗਏ ਤੁਸੀਂ ਆਪਣੇ ਡਾਂਗ ਦੇ ਜ਼ੋਰ ਨਾਲ ਉੱਥੇ ਡਰਾ ਕੇ ਤੁਸੀਂ ਸਾੜ ਰਹੇ ਹੋ ਫਰਨੀਚਰ, ਇਹ ਕੋਈ ਤਰੀਕਾ ਹੈ ਯਾਰ? ਇਹ ਪੰਥਕ ਰਵਾਇਤ ਦੇ ਮੁਤਾਬਕ ਨਹੀਂ ਹੈ। ਜੇ ਤੁਹਾਨੂੰ ਲੱਗਦਾ ਵੀ ਇਹ ਅਵੱਗਿਆ ਹੋ ਰਹੀ ਹੈ ਤਾਂ ਤੁਸੀਂ ਇਸ ਸੰਬੰਧ ਵਿੱਚ ਜਿਹੜੀ ਫੈਸਲਾ ਲੈਣ ਦੀ ਸਾਡੀ ਰਵਾਇਤ ਹੈਗੀ ਹੈ ਉਹ ਹੈਗੀ ਹੈ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਇਹ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਜਾਏ ਔਰ ਉਹਦੇ ਵਿੱਚ ਸਾਰੀਆਂ ਧਿਰਾਂ ਨੂੰ ਬੁਲਾ ਕੇ ਗੱਲਬਾਤ ਨਾਲ ਇਹਦਾ ਕੋਈ ਫੈਸਲਾ ਕੀਤਾ ਜਾਏ। ਬਦਕਿਸਮਤੀ ਇਹੀ ਹੈ ਸੁਖਵਿੰਦਰ ਜੀ ਕਿ ਇਹਦੇ ਨਾਲ ਜੋ ਇਹ ਤਰੀਕਾ ਕਾਰ ਹੈ ਆਲਰੇਡੀ ਸਿੱਖ ਪੰਥ ਦੇ ਵਿੱਚ ਬਹੁਤ ਵੰਡੀਆਂ ਹੈਗੀਆਂ, ਬਹੁਤ ਮੁੱਦੇ ਖੜੇ ਕੀਤੇ ਹੋਏ ਹੈ, ਉਹਨਾਂ ਦਾ ਤਾਂ ਫੈਸਲਾ ਅੱਜ ਤੱਕ ਸਾਡੇ ਕੋਲ ਹੋਇਆ ਨਹੀਂ, ਅਸੀਂ ਇੱਕ ਨਵਾਂ ਹੋਰ ਮੁੱਦਾ ਖੜਾ ਕਰ ਦਿੱਤਾ।
अपने सामने ही पता है कि मूल मंत्र का मुद्दा साढ़े सामने, दसम ग्रंथ का मुद्दा साढ़े सामने, मर्यादा जिहड़ी है डेरियां दी वह साढ़े सामने मर्यादा खड़ी है। असी पाठ मुदामणी तक करना है कि असी अपनी रागमाला तक करना है, यानी कि इहो जे मुद्दे साढ़े 100 मुद्दे साढ़े सामने ऑलरेडी खड़े हुए है, भी उन्हां मुद्दों बारे भी असी अजे फैसले नहीं कर सके, एक नवा असी मुद्दा होर खड़ा कर दिता होया। यह मेरे मुताबिक अजिही सोच गलत है, मुढ़ले तौर पर सोच यह गलत है, ये तरीका है कार सानू अडोप्ट नहीं करना चाहिए। और मैनू मेरी तो बेनती यही है कि यह गर्म खून है भाई, जवान ने कट्ठे हुए ने तुरे ने चंगे पासे तुरो, और यहो जे बखेड़े समाज में जो पैदा करते हो तो फिर जिस आशे नू असी लैके तुरे हुए हैं ना जी सुखविंदर जी, उ कंप्रोमाइज हो जाता है। समाज नू असी तो जोड़न की कोशिश कर रहे हैं, ठीक पासे तुरन की कोशिश कर रहे हैं, तो वह असी फिर एक नवे बखेड़े पा लें। अपन इदा नहीं करना चाहिए। कोई सिख यहोजा नहीं है जिदे मन विच गुरु घर की शरदा होए और गुरु घर जाए ओदे मन विच किसे किस्म की गुरु की बेअदबी की चितवना होवे, ये हो ही नहीं सकता कि गुरु घर कोई जाए। पर जे भाई किसी की मजबूरी है तो ओदा ते प्रबंध तुहानू करना ही चाहिए। जे कोई कीता होया तो तुहानू लगता भी इहदे नाल कोई बैटर प्रबंध हो सकता तो उहदे बारे विचार वटांदरा किया जा सकता। यह नहीं है तरीका, सिखी ना तो सिख सोच मुताबक है, ना ये पंथ करवायत मुताबक है, यह बिल्कुल मैं समझा कि हुल्लड़बाजी है, ये नहीं होनी चाहिए। ये ना पंथ के हित में है, ना सिखी समाज के हित में है, ना सिखी सोच के हित में है। मेरे मुताबक जिहड़ियां भी धिर इस तरह का कर रही ने उन्होंने बहुत ध्यान नाल इस मुद्दे नू ठंडे दिमाग नाल सोचना चाहिए और पंथक मर्यादा मुताबक ही इहदा हल ढूंढना चाहिए। सुखविंदर जी जी बहुत दुरुस्त के जे ये उन्हां जथेबंदियां तक पहुंचदी होवे वीडियो, उन्हां तक ये चर्चा पहुंचदी होवे तां इस मुद्दे उत्ते बड़ा गंभीरता नाल सोचना पैणा, बखेड़े अगे बड़े ने। हुण गल डॉक्टर साहब जी ओमनी गुरुद्वारा प्रबंधक कमेटी दी, उन्होंने फैसला कीता उन्होंने धर्म प्रचार कमेटी ने कि जिहड़ियां फिल्मां दे विच जिवें पिछे जे चार साहिबजादे मूवी आई सी ਉਹਦਾ ਦੂਜਾ ਭਾਗ ਵੀ ਬਣਿਆ, ਉਹਨੂੰ ਲੈ ਕੇ ਮੈਂ ਅਸੀਂ ਸੁਣਦੇ ਸੀ ਕਿ ਲੋਕ ਜਿਹੜੇ ਉਹ ਰੋਂਦੇ ਥੀਏਟਰਾਂ ਚੋਂ ਬਾਹਰ ਆਉਂਦੇ ਸੀ, ਲੋਕ ਬਾਹਰ ਜੋੜੇ ਉਤਾਰ ਕੇ ਜਾ ਕੇ ਉਸ ਮੂਵੀ ਨੂੰ ਦੇਖਣ ਜਾਂਦੇ ਸੀ। ਬੜਾ ਲੋਕਾਂ ਨੇ ਉੱਥੇ ਬੱਚਿਆਂ ਨੇ ਸਿੱਖਿਆ, ਉਹਨਾਂ ਨੂੰ ਇਤਿਹਾਸ ਬਾਰੇ ਪਤਾ ਲੱਗਿਆ, ਕਿਉਂਕਿ ਅੱਜ ਕੱਲ੍ਹ ਪੜ੍ਹਨ ਦੀ ਜਿਹੜੀ ਰੁਚੀ ਆ ਉਹ ਪੜ੍ਹਦੇ ਲਿਖਦੇ ਘੱਟ ਨੇ, ਦੇਖਣ ਦੇ ਵਿੱਚ ਕਿ ਫਿਲਮਾਂਕਣ ਜਿਹੜਾ ਜਿਸ ਚੀਜ਼ ਦਾ ਹੁੰਦਾ ਉਹ ਲੋਕਾਂ ਦੇ ਮਨ ਚ ਵੱਸ ਜਾਂਦਾ। ਹੁਣ ਇਹਨਾਂ ਨੇ ਕਿਹਾ ਕਿ ਕਿਸੇ ਵੀ ਫਿਲਮ ਦੇ ਵਿੱਚ ਗੁਰੂ ਸਾਹਿਬਾਨ ਜਾਂ ਉਹਨਾਂ ਦੇ ਪਰਿਵਾਰ ਦੇ ਕੋਈ ਰੋਲ ਇਸ ਤਰੀਕੇ ਦਾ ਦ੍ਰਿਸ਼ ਨਹੀਂ ਫਿਲਮਾਇਆ ਜਾਏਗਾ, ਤਾਂ ਉਹਦੇ ਉੱਤੇ ਵੀ ਸਵਾਲ ਉੱਠਣ ਲੱਗ ਗਏ ਕਿ ਸਿੱਖ ਧਰਮ ਦੇ ਵਿੱਚ ਤਾਂ ਮੂਰਤੀ ਪੂਜਾ ਹੈ ਹੀ ਨਹੀਂ, ਤਾਂ ਫਿਰ ਜਿਹੜੀਆਂ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਬਣਾਈਆਂ ਗਈਆਂ ਜਾਂ ਜਿਹੜੀਆਂ ਮਾਰਕੀਟ 'ਚ ਮਿਲਦੀਆਂ ਜਾਂ ਅਜਾਇਬ ਘਰਾਂ ਦੇ ਵਿੱਚ ਲਾਈਆਂ, ਕੀ ਉਹਨਾਂ ਨੂੰ ਹਟਾਇਆ ਜਾਏਗਾ? ਕੀ ਸ਼੍ਰੋਮਣੀ ਕਮੇਟੀ ਇਹਦੇ ਬਾਰੇ ਵੀ ਕੋਈ ਫੈਸਲਾ ਲਏਗੀ? ਕੀ ਜਿਹੜਾ ਇਹਨਾਂ ਨੇ ਫੈਸਲਾ ਲਿਆ ਉਹਦੇ ਨਾਲ ਧਰਮ ਪ੍ਰਚਾਰ ਉੱਤੇ ਕੋਈ ਕਿਸੇ ਕਿਸਮ ਦੀ ਜਿਹੜੀ ਹੈ ਜਿਵੇਂ ਕਿ ਧਰਮ ਪ੍ਰਚਾਰ ਫੈਲਣਾ, ਉਹਦਾ ਪ੍ਰਚਾਰ ਪ੍ਰਸਾਰ ਹੋਣਾ, ਉਹਦੇ ਉੱਤੇ ਥੋੜੀ ਰੋਕ ਲੱਗੂਗੀ ਜਾਂ ਲੋਕਾਂ ਤੱਕ ਉਸ ਤਰੀਕੇ ਦਾ ਮੈਸੇਜ ਜਿਹੜਾ ਫਿਲਮਾਂਕਣ ਦੇ ਜ਼ਰੀਏ ਜਾਂਦਾ ਉਹ ਨਹੀਂ ਜਾਏਗਾ? ਇਹ ਬੜੇ ਸਵਾਲ ਨੇ ਇਹਦੇ ਨਾਲ ਜੁੜਦੇ। ਸੁਖਵਿੰਦਰ ਜੀ, ਇਹ ਬਹੁਤ ਹੀ ਗੰਭੀਰ ਔਰ ਸੈਂਸਿਟਿਵ ਜਿਸਨੂੰ ਆਪਾਂ ਕਹੀਏ ਕਿ ਮਸਲਾ ਹੈਗਾ ਹੈ, ਇਹ ਇਹਦੇ ਬਾਰੇ ਨਾ ਰਾਵਾਂ ਵੱਖਰੀਆਂ ਵੱਖਰੀਆਂ ਹੈ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਸੀਗੇ। ਮੈਨੂੰ ਲੱਗਦਾ ਹੈ ਕਿ ਜਿਹੜੀ ਐਸ ਆਪਣੀ ਇੱਕ ਖਾੜਕੂ ਧਿਰ ਹੈ ਨਾ ਜੀ, ਜਿਹੜੀ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਉਹਨਾਂ ਦਾ ਪ੍ਰਭਾਵ ਜਿਹੜਾ ਨਾ ਉਹ ਹੈਗਾ ਜ਼ਿਆਦਾ ਇਸ ਵੇਲੇ ਪੈ ਰਿਹਾ ਵਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਜਿਹੜੇ ਜਿਨ੍ਹਾਂ ਦੇ ਹੱਥ ਵਿੱਚ ਇਹ ਪ੍ਰਬੰਧ ਹੈ, ਉਹ ਮੇਰੇ ਮੁਤਾਬਕ ਕਮਜ਼ੋਰ ਪੈ ਗਏ ਹੋਏ ਆ। ਜਦੋਂ ਉਹ ਕਮਜ਼ੋਰ ਪੈ ਜਾਂਦੇ ਹੈ ਤੇ ਉਹਨਾਂ ਦੇ ਉੱਪਰ ਜਿਹੜੇ ਪ੍ਰਭਾਵ ਪੈਂਦੇ ਆ ਉਹ ਫਿਰ ਫੂਕ ਫੂਕ ਕੇ ਪੈਰ ਧਰਦੇ ਵੀ ਕੋਈ ਅਜਿਹੀ ਗੱਲ ਨਾ ਕੀਤੀ ਜਾਏ ਜਿਹਦੇ ਨਾਲ ਸਾਡੀ ਛਵੀ ਸਿੱਖ ਸੰਗਤਾਂ ਦੇ ਵਿੱਚ ਵਿਗੜੇ। ਹੁਣ ਖਾੜਕੂ ਧਿਰਾਂ ਦੀ ਸੋਚ ਇਹ ਕਿ ਇਸ ਤਰ੍ਹਾਂ ਦਾ ਨਹੀਂ ਕਰਨਾ ਚਾਹੀਦਾ,
और ओदे दलीलां हैगियां इच कोई शक नहीं कि असीं गुरु साहिबान दी किसी भी तरह की यह है उन्हां दी बराबरी जां इस तरह की चित जिहड़ी है चित्र दे विच लिया के असीं नहीं कर सकते। और इस सोच दे विच ज़्यादा प्रभाव जिहड़ा है वह इस्लामी कल्चर का लगता है क्योंकि वह इस्लामी कल्चर दे विच यही चीज़ संभव नहीं है। साडा क्योंकि असी हिंदू समाज के वडेरे हिंदू समाज के विचों सिख समाज पैदा होया ते वह रवायतां कुछ सिख समाज विच भी आ गई। सिख समाज का सभ्याचार इस्लामी सभ्याचार नालों भिन्न है ते सिख समाज ने कुछ गल्लां नूं यह मान लिया कि एक सिख सोच के उल्ट नहीं है। यानी इस करके होया तुसी देखो कि जिहड़ियां गुरु साहिबान दियां तस्वीरां जिहड़ियां बनाईयां चित्रकारां ने ओह आपां नूं पता है कि लोकां दे घरां विच भी हैगियां गुरु घरां विच भी हैगियां। और ओह जे सिधांत दे तौर ते देखिया जाए ते ओह बिल्कुल गलत है क्योंकि गुरु साहब ने आप ते अपनी तस्वीर कोई बनवाई नहीं गी ते ओह सिर्फ कल्पना दे विचों ही बनी है। और कल्पना नालों कई किस्म दे तस्वीर अड अड किस्म दियां बनदियां ओह किस किस्म का सिंबल सिरजदे है किस किस्म का सुनेहा लोकां विच जांदा है ये बारे वख वख रावां बनदियां हैगियां। सो इस करके आपां देखिए कि एक कल्चरल प्रभाव है जिस समाज दे विचों असीं पैदा होए। एक मसला सुखविंदर जी यह है जिहड़ा सिखी अपना सिख प्रचार दा आपां कहने हैं उहदे विच जदों तुसीं एक मीडिया जिहड़ा हैगा उहनूं मनफी कर दिंदे हो जिसनूं आपां विजुअल आर्ट कहने हैं सिनेमेटोग्राफी दा आपां कहने हैं उह तुसीं बिल्कुल ठीक कह रहे हो कि पंज प्यारियां दी जिहड़ी उह बणी सीगी अपनी फिल्म उहदी जिहदे विच उह आपां वर्चुअल जिहड़ियां इमेजेस दी बनी हुई सीगी ते उह मैनूं लगदा है कि इह तरीका इह कार सानूं अडाप्ट करन च हर्ज नहीं होना चाहीदा। इह गल वक्खरी है कि जदों गुरु इहदे बारे आपां कोई ना जिहनूं कहीए कि फिर इही मसला जिहड़ा है कि इहनूं दीर्घ विचार करन दी लोड़ है। जो एस जी पी सी ने इस वेले किया वह ठीक किया होगा उन्होंने आपां मेरे मुताबक है कि इनू मुड़ विचारन की लोड़ है। और वड्डी जिहड़ी है ना इहदे विच रिप्रजेंटेशन वख वख विचारां की होनी चाहीदी है कि भला असीं एक मीडिया नू बिल्कुल उत्ते काटा फेरना जां उहदे विचों कोई तरीका लभना है कि जिहदे नाल असीं जिहड़ी साडी यंगर जनरेशन हैगी है ਉਹਦੇ ਤੱਕ ਸਾਨੂੰ ਪਹੁੰਚ ਸੁਖਾਲੀ ਹੋ ਜਾਏ ਜਿਸਨੂੰ ਕਾਰਟੂਨ ਰਾਹੀਂ ਆਪਾਂ ਕਹਿੰਦੇ ਹਾਂ ਜਾਂ ਹੋਰ ਤਰੀਕਾਕਾਰ ਆਪਾਂ ਅਡਾਪਟ ਕਰਨੇ ਹਾਂ ਸਟੋਰੀ ਟੈਲਿੰਗ ਜਿਸਨੂੰ ਆਪਾਂ ਕਹਿੰਦੇ ਹਾਂ ਉਹ ਸਟੋਰੀ ਟੈਲਿੰਗ ਆਪਾਂ ਕਿਸ ਢੰਗ ਨਾਲ ਕਰਨੀ ਜਦੋਂ ਕਰਦੇ ਹਾਂ ਅਤੇ ਉਹਦੇ ਵਿੱਚ ਜਦੋਂ ਗੁਰੂ ਸਾਹਿਬਾਨ ਦੀ ਸ਼ਖਸੀਅਤ ਆਉਂਦੀ ਹੈ ਅਤੇ ਉਹਨੂੰ ਆਪਾਂ ਕਿਸ ਢੰਗ ਨਾਲ ਪ੍ਰਜੈਂਟ ਕਰਨਾ ਉਹਦੇ ਬਾਰੇ ਪ੍ਰਸ਼ਨ ਹੈ। ਸਾਹਿਬਜ਼ਾਦੇ ਸਾਹਿਬਾਨ ਨੂੰ ਆਪਾਂ ਕਿਸ ਢੰਗ ਨਾਲ ਪ੍ਰਜੈਂਟ ਕਰਨਾ ਹੈ ਸਾਡੇ ਸਿੱਖ ਜਰਨੈਲ ਹੈ ਉਹਨਾਂ ਨੂੰ ਕਿਸ ਢੰਗ ਨਾਲ ਪ੍ਰਜੈਂਟ ਕਰਨਾ ਹੈ ਗੁਰੂ ਸਾਹਿਬਾਨ ਦੇ ਨਾਲ ਜਿਹੜੀਆਂ ਜੁੜੀਆਂ ਹੋਈਆਂ ਵੱਡੀਆਂ ਸ਼ਖਸੀਅਤਾਂ ਹਨ ਉਹਨਾਂ ਨੂੰ ਕਿਸ ਢੰਗ ਨਾਲ ਆਪਾਂ ਪੇਸ਼ ਕਰਨਾ ਹੈਗਾ ਇਹਦੇ ਬਾਰੇ ਮੈਨੂੰ ਲੱਗਦਾ ਕਿ ਆਮ ਸਹਿਮਤੀ ਬਣਾਉਣ ਦੀ ਲੋੜ ਹੈ। ਔਰ ਕੀ ਢੰਗ ਹੋਏ ਜਿਹਦੇ ਨਾਲ ਸਾਨੂੰ ਇਹ ਲੱਗੇ ਵੀ ਅਸੀਂ ਸਿੱਖ ਸਿਧਾਂਤਾਂ ਦੇ ਨਾਲ ਖਿਲਵਾੜ ਵੀ ਨਹੀਂ ਕਰ ਰਹੇ ਅਤੇ ਅਸੀਂ ਵਿਜੂਅਲ ਆਰਟ ਦੀ ਜਿਹੜੀ ਹੈ ਉਹ ਅਜੋਕੇ ਸਮੇਂ ਦੇ ਹਾਣ ਦੇ ਹੁੰਦੇ ਹੋਣ ਲਈ ਅਸੀਂ ਉਹਦੀ ਵਰਤੋਂ ਸਿੱਖ ਸਿਧਾਂਤ ਅਤੇ ਸਿੱਖ ਇਤਿਹਾਸ ਦੇ ਪ੍ਰਚਾਰ ਲਈ ਅਸੀਂ ਵਰਤ ਸਕਦੇ ਹਾਂ। ਇਹ ਮਸਲਾ ਗੰਭੀਰ ਹੈ ਇਹਨੂੰ ਮੈਨੂੰ ਲੱਗਦਾ ਕਿ ਮੁੜ ਗੰਭੀਰਤਾ ਨਾਲ ਵਿਚਾਰਨ ਦੀ ਲੋੜ ਹੈਗੀ ਹੈ। ਔਰ ਇਹ ਮੈਨੂੰ ਲੱਗਦਾ ਕਿ ਐਸ ਜੀ ਪੀ ਸੀ ਦਾ ਫੈਸਲਾ ਜਿਹੜਾ ਹੈ ਇਹ ਅੰਤਮ ਨਹੀਂ ਹੈ ਉਹਨਾਂ ਨੇ ਇਹੀ ਕਿਹਾ ਕਿ ਅਗਲੇ ਹੁਕਮਾਂ ਤੱਕ ਇਹ ਅਜੇ ਮਨਾਹੀ ਹੈ। ਇਹਦੇ ਬਾਰੇ ਸ਼ਾਇਦ ਉਹਨਾਂ ਦੇ ਮਨ 'ਚ ਹੋਏ ਕਿ ਕੋਈ ਜਾਣਕਾਰ ਲੋਕਾਂ ਦੀ ਜਿਹੜੀ ਹੈ ਕੋਈ ਕਮੇਟੀ ਬਣਾਉਣ ਇਹਦੇ ਬਾਰੇ ਮੁੜ ਸੋਚਣ। ਇਹ ਫੌਰੀ ਤੌਰ 'ਤੇ ਮੈਨੂੰ ਲੱਗਦਾ ਕਿ ਉਹ ਆਪਾਂ ਨੂੰ ਪਤਾ ਹੈ ਕਿ ਇੱਕ ਫਿਲਮ ਸੀ ਦਾਸਤਾਨੇ ਸਰਹਿੰਦ ਮੇਰਾ ਖਿਆਲ ਸੀ ਉਹਦੇ ਵਿੱਚ ਕੋਈ ਕਿੰਤੂ ਪਰੰਤੂ ਆਏ ਸੀ ਸਾਨੂੰ ਪਤਾ ਹੈ ਕਿ ਸਿੱਖ ਐਕਟਿਵਿਸਟ ਵੱਲੋਂ ਇਹਦੀ ਵਿਰੋਧਤਾ ਹੋਈ ਅਤੇ ਇਸ ਕਰਕੇ ਉਹਦੇ ਕਰਕੇ ਸ਼ਾਇਦ ਇਹ ਫੈਸਲਾ ਲਿਆ ਗਿਆ ਲੱਗਦਾ ਹੈ। ਪਰ ਮੈਨੂੰ ਲੱਗਦਾ ਕਿ ਇਹ ਮਸਲਾ ਗੰਭੀਰ ਹੈ ਸੁਖਵਿੰਦਰ ਜੀ ਇਹਨੂੰ ਵਿਚਾਰਨਾ ਦੀਰਘ ਸੋਚ ਨਾਲ ਚਾਹੀਦਾ ਅਸੀਂ ਵਿਜੂਅਲ ਆਰਟ ਨੂੰ
ਅੱਖੋਂ ਪਰੋਖੇ ਅਜੋਕੇ ਸਮੇਂ ਵਿੱਚ ਨਹੀਂ ਕਰ ਸਕਦੇ। ਇਹ ਮੀਡੀਆ ਇਗਨੋਰ ਨਹੀਂ ਕਰਨਾ ਚਾਹੀਦਾ, ਕੋਈ ਨਾ ਕੋਈ ਤਰੀਕਾ ਇਹ ਕਾਰ ਸਾਨੂੰ ਸੋਚਣਾ ਚਾਹੀਦਾ, ਤਾਂ ਹੀ ਮਸਲਾ ਹੱਲ ਹੋਣਾ ਹੈ। ਇਹ ਇਹ ਮੈਨੂੰ ਇਸ ਵੇਲੇ ਦਾ ਫੈਸਲਾ ਜਿਹੜਾ ਹੈ ਉਹ ਕੋਈ ਆਪਾਂ ਕਹੀਏ ਕਿ ਜੇ ਤਾਂ ਪੱਕਾ ਹੀ ਫੈਸਲਾ ਹੋ ਗਿਆ ਬੰਦ ਹੋ ਗਿਆ ਤਾਂ ਫਿਰ ਮੈਨੂੰ ਇਹ ਠੀਕ ਨਹੀਂ ਲੱਗਿਆ। ਇਹਦੇ ਬਾਰੇ ਸਾਨੂੰ ਸੋਚਣ ਦੀ ਲੋੜ ਹੈ ਸੁਖਵਿੰਦਰ ਜੀ, ਵਿਚਾਰ ਕਰਨ ਦੀ ਲੋੜ ਹੈ ਖੁੱਲੇ ਮਨ ਨਾਲ ਜੀ। ਬਿਲਕੁਲ ਬਿਲਕੁਲ, ਭਵਿੱਖਮੁਖੀ ਹੋ ਕੇ ਫੈਸਲੇ ਜਿਹੜੇ ਨੇ ਉਹ ਲੈਣੇ ਪੈਂਦੇ ਨੇ, ਕਿਉਂਕਿ ਮਸਲਾ ਜਿਹੜਾ ਆ ਉਹ ਭਾਵੇਂ ਸਿੱਖ ਭਾਵਨਾਵਾਂ ਦੇ ਨਾਲ ਵੀ ਜੁੜਿਆ, ਪਰ ਜਦੋਂ ਤੁਸੀਂ ਆਪਣੇ ਇਤਿਹਾਸ ਨੂੰ ਵੱਡੇ ਕੈਨਵਸ ਤੇ ਲੈ ਕੇ ਜਾਓਗੇ ਤਾਂ ਹੀ ਜਿਹੜਾ ਉਹ ਇਤਿਹਾਸ ਫੈਲਦਾ, ਤਾਂ ਹੀ ਉਹ ਧਰਮ ਫੈਲਦਾ। ਜੇ ਤੁਸੀਂ ਉਹਨੂੰ ਸੀਮਿਤ ਕਰ ਲਓਗੇ ਜਾਂ ਪੁਰਾਤਨ ਰੋਹ ਰੀਤਾਂ ਦੇ ਉੱਤੇ ਟਿਕੇ ਰਹੋਗੇ ਜਾਂ ਉਹਨਾਂ ਨੂੰ ਉਸ ਤਰੀਕੇ ਦੇ ਨਾਲ ਮਰਿਆਦਾ ਦਾ ਨਾਮ ਦੇ ਕੇ ਉੱਤੇ ਬੈਨ ਲਗਾ ਦਿੱਤਾ ਜਾਂਦਾ, ਇਹ ਬੜੇ ਸਵਾਲ ਨੇ ਜਿਹੜੇ ਪੇਚੀਦਾ ਹੋਏ ਨੇ। ਉਮੀਦ ਕਰਦੇ ਆ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਵਾਰ ਵਾਰ ਇੱਕੋ ਗੱਲ ਕਿ ਕਮੇਟੀ ਬਣ ਜਾਣੀ ਚਾਹੀਦੀ ਹੈ ਸਿਆਣੇ ਸੂਝਵਾਨਾਂ ਦੀ, ਜਿਹੜੇ ਸ਼੍ਰੋਮਣੀ ਕਮੇਟੀ ਦੇ ਵੀ ਵਿੱਚ ਹੋਣ ਤੇ ਜਿਹੜੇ ਬਾਹਰੋਂ ਵਿਦਵਾਨ ਨੇ ਉਹਨਾਂ ਨੂੰ ਵੀ ਲਿਆ ਜਾਵੇ, ਉਹਨਾਂ ਤੋਂ ਰਾਏ ਲਈ ਜਾਵੇ। ਸ਼੍ਰੋਮਣੀ ਕਮੇਟੀ ਵੱਲੋਂ ਕੋਈ ਵੀ ਫੈਸਲਾ ਲਿਆ ਜਾਂਦਾ ਕਿਉਂਕਿ ਸਮੁੱਚੇ ਪੰਥ ਨੇ ਮੰਨਣਾ ਹੁੰਦਾ, ਤੇ ਉਹ ਪੰਥ ਦੀ ਉਸ ਸੋਚ ਨੂੰ ਵੀ ਵਿੱਚ ਰੱਖਿਆ ਜਾਵੇ ਤਾਂ ਹੀ ਉਹ ਫੈਸਲੇ ਜਿਹੜੇ ਨੇ ਮਕਬੂਲ ਹੁੰਦੇ ਨੇ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ ਇਸ ਬਾਰੇ। ਤਖ਼ਤ ਪੰਜਾਬ ਨੂੰ ਸਬਸਕ੍ਰਾਈਬ ਕਰੋ, ਫੇਸਬੁੱਕ ਤੇ ਫੋਲੋ ਕਰੋ, ਮੈਨੂੰ ਇਜਾਜ਼ਤ ਦਿਓ। ਸ਼ੁਕਰੀਆ ਡਾਕਟਰ ਸਾਹਿਬ, ਧੰਨਵਾਦ ਤੁਹਾਡਾ। ਸ਼ੁਕਰੀਆ।